ਸਾਹ ਬਰਸੀਲ ਨੇ ਹੈਲਮਟ ਕੀ ਗੱਲ ਸੁਣੋ ਬੁੱਢਾ ਬੜਾ ਰਾਜਾ ਵੀ ਇੱਧਰ ਲਿਆ ਜਾਂ ਚੋਰ ਕਿਉਂ ਖਾਣਾ ਹੈ ਜੱਗ ਮਾਸ਼ਾ ਕੀ ਆ ਬਾਤ ਹੈ ਕਿਹੜੀ ਦੱਸ ਯਾਰ ਇੰਜ ਹਾਏ ਹਾਏ ਸਭ ਨਸ਼ਾ ਲਿਆ ਕਦ ਨੂੰ ਅਸਲਾਮੁਅਲੈਕੁਮ ਸਜਣਾ ਤੇ ਬਹਿਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜ ਜੁਮਾਤੁਲ ਮੁਬਾਰਕ ਦਾ ਅਤੇ ਇਸ ਟਾਈਮ ਸਿਆਲਕੋਟ ਦੇ ਨਾਮੁਅਰ ਨੌਜਵਾਨ ਅਤੇ ਮਾਸ਼ਾਅੱਲਾ ਜੀ ਸਸਤੇ ਵਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ ਅਤੇ ਮਾਸ਼ਾਅੱਲਾ ਜੀ ਬਾਜਵਾ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਮੁਨਾਸਬ ਕੀਮਤ ਗਾਵਾਂ ਇਸ ਤੋਂ ਇਲਾਵਾ 4 ਖੂਬਸੂਰਤ ਅਸਲੀ ਅਤੇ ਨਸਲੀ ਕੁਰਬਾਨੀ ਦੇ ਬੱਚੇ ਵੀ ਲੈ ਕੇ ਆਏ ਨੇ ਕਮ ਅਜ਼ ਕਮ ਕੀਮਤ ਹੈ ਜੀ 2 ਲੱਖ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ ਸਾਰੇ ਦੋਸਤਾਂ ਦੀ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ ਅਤੇ ਕਮੈਂਟ ਕਰਕੇ ਆਪਣੀ ਰਾਏ ਦਾ ਆਧਾਰ ਵੀ ਕਰਨਾ ਬਲਾਲ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਜੀ ਬਲਾਲ ਸਾਹਿਬ ਕੀ ਹਾਲ ਹੈ ਠੀਕ ਹੋ ਜੀ ਠੀਕ ਠਾਕ ਮਾਸ਼ਾਅੱਲਾ ਜੀ ਸਿਲਸਿਲਾਵਾਰ ਵੀਡੀਓ ਹੋਵੇ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਬਾਹੂਬੀ ਵਾਕਫ ਨੇ ਦੋਸਤਾਂ ਨੂੰ ਫਿਰ ਆਪਣਾ ਅਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਜ਼ਿਲ੍ਹਾ ਸਿਆਲਕੋਟ ਸੀਲ ਮਸਰੂਰ ਗਾਉਂ ਚੌਕ ਲੋੜਾ ਮੇਨ ਸਿਆਲਕੋਟ ਰੋਡ ਦੇ ਉੱਤੇ ਡੇਰਾ ਸ਼ਵਿੰਡੇ ਤੋਂ ਵੀ 3 ਕਿਲੋਮੀਟਰ ਭਾਗੋਵਾਲ ਤੋਂ ਵੀ 3 ਕਿਲੋਮੀਟਰ ਡੇਰਾ ਸੁਬੇਦਾਰ ਸਾਹਿਬ ਦੇ ਹੱਥ ਚੋ ਚਲੋ ਕੋਈ ਨਹੀਂ ਤਾਰਫ ਕਰਵਾ ਦਿੱਤਾ ਮਾਸ਼ਾਅੱਲਾ ਜੀ ਇਹ ਸਾਹਮਣੇ ਮੇਨ ਰੋਡ ਹੈ ਮੇਨ ਰੋਡ ਦੇ ਉੱਤੇ ਡੇਰਾ ਮੌਜੂਦ ਹੈ ਸੂਬੇਦਾਰ ਸਾਹਿਬ ਮੌਜੂਦ ਨੇ ਮਾਸ਼ਾਅੱਲਾ ਜੀ 10 ਜਾਨਵਰ ਨੇ ਬੱਚੇ ਇਸ ਤੋਂ ਇਲਾਵਾ ਹੋ ਗਿਆ ਨੇ ਵੇਖਣ 'ਚ ਬੱਚੇ ਨੇ ਬੱਕਰੇ ਨੇ ਅੱਲਾ ਦੇ ਹੁਕਮ ਨਾਲ ਜੀ ਬਿਹਤਰ ਹੋ ਗਿਆ ਜੀ ਜੀ ਸੁਬੇਦਾਰ ਸਾਹਿਬ ਆ ਮਾਸ਼ਾਅੱਲਾ ਜੀ ਬੱਚੇ ਉਧਰ ਵੀ ਹੈ ਨੇ ਦੋਸਤਾਂ ਦੇ ਜੀ ਬੱਚੇ ਉਧਰ ਵਜੇ ਆਂਦੇ ਨੇ ਮਾਸ਼ਾਅੱਲਾ ਠੀਕ ਹੈ ਜੀ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਹਾਂਜੀ ਸੁਬੇਦਾਰ ਸਾਹਿਬ ਕੀ ਹਾਲ ਹੈ ਠੀਕ ਹੋ ਬੜਾ ਸੋਹਣੇ ਮਾਲਕ ਦਾ ਬੜਾ ਸੋਹਣੇ ਮਾਲਕ ਮੇਰੀ ਤਰਫੋਂ ਤੁਹਾਡੀ ਤਰਫੋਂ ਮੇਰੇ ਬਰਖੁਦਾ ਦੀ ਤਰਫੋਂ ਐ ਮੇਰੇ ਭਾਈ ਜੀ ਮਹਿਮਾਨ ਆਏ ਨੇ ਕੀ ਨਾਮ ਸਾਹਿਬ ਜੀ ਆਪਣਾ ਅਯਾਦ ਚੀਮਾ ਤੇ ਸਾਹਿਬ ਜੀ ਤੁਹਾਡਾ ਕੀ ਨਾਮ ਖਾਲਦ ਖਾਲਦ ਸਾਹਿਬ ਐ ਵੇ ਆਪਣਾ ਬਾਬੇ ਜੀ ਹੋਰੀ ਐ ਮੌਲਵੀ ਸਾਹਿਬ ਨੇ ਇਹਨਾਂ ਦੀ ਤਰਫੋਂ ਔਰ ਮੇਰੇ ਪੱਠੇ ਪਾਉਣਾ ਸ਼ੇਰੇ ਸਭ ਤਰਫੋਂ ਦੀ ਸਲਾਮਾਂ ਨੇ ਰਾਜ ਸਾਹਿਬ ਨੇਕੜੀ ਦਾ ਕਾਰੋਬਾਰ ਕਰੋ ਤੇ ਮੇਰਾ ਸੋਹਣਾ ਮਾਲਕ ਵੀ ਸਾਥ ਦਿੰਦਾ ਤੇ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਜਿਹੜੇ ਅੱਜ ਗੁਜਰਾਂ ਵਾਲੇ ਗਾਂ ਲੈ ਕੇ ਗਏ ਨੇ ਸੁਣਾਈ ਤੁਹਾਨੂੰ ਨਾ ਗੱਲ ਤੇ ਚੱਸ ਆਈ ਕਿ ਦਿਲ ਖੁਸ਼ ਹੋਇਆ ਕਿ ਨਾ ਹੋਇਆ ਦੇਖੋ ਪੈਗਾਮ ਵੀ ਦਿੰਦੇ ਰਹੇ ਨੇ ਕਿ ਫਰਾਜ਼ ਸਾਹਿਬ ਸਾਹਮਣੇ ਹੁਣ ਮੈਂ ਕਿਹਾ ਕੁਦਰਤੀ ਆ ਗਏ ਨੇ ਤੂੰ ਕੈਮਰੇ 'ਚ ਵੇਖਣਾ ਚਾਹੁੰਦਾ ਐਂ ਜੀ ਵੇਖ ਲਾ ਜੀ ਬਿਹਤਰ ਹੋ ਗਿਆ ਫਿਰ ਉਹਨਾਂ ਕੀ ਕਿਹਾ ਸੀ ਉਹਨੇ ਕਿਹਾ ਵਾਕਈ ਆਵਾਜ਼ ਬੜੀ ਸੋਹਣੀ ਹੋ ਜੀ ਸੋਹਣੇ ਮਾਸ਼ਾਅੱਲਾ ਤੇ ਕਿਹਾ ਹੜੇ ਕਿ ਨਹੀਂ ਕਿਹਾ ਹੜੇ ਸੁੱਤਾ ਮੈਂ ਮੈਨੂੰ ਨਹੀਂ ਯਾਦ ਤੇ ਨਹੀਂ ਨਹੀਂ ਜਾਗਦੇ ਤੁਸੀਂ ਆਏ ਹੀ ਉਦੋਂ ਸੁੱਤੇ ਤੁਸੀਂ ਐਵੇਂ ਸੋਚਦੇ ਹੋ ਤੇ ਮੈਂ ਕਿਹਾ ਚਲੋ ਸ਼ੁਕਰ ਹੈ ਤੇਰੀ ਖੁਆਇਸ਼ ਤੇ ਪੂਰੀ ਹੋ ਗਈ ਨਾ ਮੌਲਵੀ ਸਾਹਿਬ ਤੇਰਾ ਨਾਮ ਮਕਸੂਦ ਸੀ ਉੱਥੋਂ ਪੁੱਛਣਾ ਹੈ ਤੂੰ ਆਇਆ ਨਾ ਭਰਾ ਨਾ ਬਲਾਲ ਵੀ ਸੁਣਦਾ ਨਾ ਕਿਹਾ ਦੋ ਬਾਈ ਸਨ ਇਹਨਾਂ ਭਾਰਾਂ ਨੇ ਗਾਂ ਤੇ ਵੱਛੀ ਦਿੱਤੀ ਹੈ ਯਕੀਨ ਕਰੋ ਕਿ ਜੋ ਗਾਂ ਵੱਛੀ ਤੇੜੀ ਹੈ ਨਾ ਇਹਨਾਂ ਮੈਨੂੰ ਜੱਫਾ ਮਾਰ ਕੇ ਰੱਖਿਆ ਸੁਬੇਦਾਰ ਸਾਹਿਬ ਵਾਕਈ ਜੋ ਗੱਲਾਂ ਸੁਣਨੇ ਆ ਸੱਚੀ ਬ੍ਰੈਂਡ ਕਿ ਤੁਸੀਂ ਭਾਈ ਆਦਮੀ ਸੁਣਿਆ ਮੇਰਾ ਗੱਲ ਜੀ ਜੀ ਮਸਾ ਸਰ ਜੀ ਯਾਦ ਸੀ ਮੈਂ ਦਾਇ ਮੇਰਾ ਸੱਲੀ ਪਿੰਡ ਤੋਂ ਆਇਆ ਲੈਣ ਦਾ ਕੋਈ ਗਾਂ ਤੇ ਫਿਰ ਦੇ ਟੁਰਦੇ ਆਇਆ ਸਾਂ ਵੈਸੇ ਬੜਾ ਵੱਡਾ ਇਹਨਾਂ ਦਾ ਕਾਰੋਬਾਰ ਜੇ ਮਤੇ ਸਮਝੋ ਪਿੰਡ ਕਿਹੜਾ ਸੱਲ ਪਿੰਡ ਹੈ ਪਖਿਆਣੇ ਦੇ ਨਾਲ ਅਗਲੇ ਪਾਸੇ ਠੀਕ ਹੈ ਤੇ ਫਿਰ ਦੇ ਫਰਾਂਦੇ ਆਇਆ ਸੁਬੇਦਾਰ ਸਾਹਿਬ ਦਾ ਵੀਡੀਓ ਵੇਖ ਕੇ ਪਤਾ ਸੀ ਕਿ ਨਾ ਸੁਣੇ ਲੇਕਿਨ ਆ ਕੇ ਇਹਨਾਂ ਨੂੰ ਸੁਣਨ ਤੋਂ ਜ਼ਿਆਦਾ ਜਿਹੜਾ ਨਾ ਹੱਛਾ ਪਾਇਆ ਮਾਸ਼ਾਅੱਲਾ
ਔਰ ਜਿਹੜਾ ਇਹਨਾਂ ਸਾਡੇ ਨਾਲ ਤਾਵਨ ਕੀਤਾ ਉਹ ਵੀ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ ਜਿਹੜੀ ਇਹਨਾਂ ਦੀ ਮੁਹੱਬਤ ਜੀ ਜ਼ਬਰਦਸਤ ਆਏ ਅਤੇ ਗਾਂ ਲੈਣ ਹਾਂ ਜਦੋਂ ਇਹਨਾਂ ਦੀ ਮੁਹੱਬਤ ਵੇਖ ਕੇ ਉਹ ਗਾਂ ਬਾਹਰ ਟਰਾਲੇ 'ਚ ਲੱਦੀ ਜ ਅਤੇ ਇੱਕ ਵੱਛੀ ਵੀ ਨਾਲ ਫਿਰ ਸਮਝੋ ਇਹਨਾਂ ਤੋਹਫੇ ਸਾਨੂੰ ਦਿੱਤਾ ਮਾਸ਼ਾਅੱਲਾ ਦੋ ਜਾਨਵਰ ਖਰੀਦ ਦੋ ਜਾਨਵਰ ਇੱਕ ਲੈਣਾ ਹੈ ਬਸ ਇਹਨਾਂ ਦੀ ਪਿਆਰ ਨਾਲ ਦੋ ਲੈ ਲਿਆ ਜੀ ਜ਼ਬਰਦਸਤ ਹੋ ਗਿਆ ਫਰਾਜ਼ ਸਾਹਿਬ ਇਹਨੂੰ ਆਂਦੇ ਸਰ ਕਰੋ ਫਰਾਜ਼ ਸਾਹਿਬ ਮੈਂ ਕਿਹਾ ਵੱਛੀ ਤੁਸੀਂ ਲਾਚੇ ਲਿਓ ਜਰਸੀ ਵੱਛੀ ਮੈਂ ਕਿਹਾ ਕਿਸਾਈ ਕੋਲੋਂ ਤੁਸੀਂ ਚੈੱਕ ਮੁੱਲ ਕਰਾਉਣਾ ਤਾਂ ਫਿਰ ਮੇਰਾ ਪਤਾ ਲੱਗਣਾ ਸੂਬੇਦਾਰ ਅਸਾ ਲੈਣਾ ਕਾਰੋਬਾਰ ਬੜੇ ਕਾਰੋਬਾਰ ਨੇ ਲੇਕਿਨ ਮੈਨੂੰ ਇਹਨਾਂ ਨਾਲ ਵੀ ਸੌਦਾ ਕਰਦਿਆ ਇੱਕ ਮੁੰਡੇ ਨੂੰ ਮੈਂ ਕਿਹਾ ਕੋਈ ਸਿੱਖ ਇਹਨਾਂ ਦੇ ਨਾਲ ਕੰਮ ਕੰਮ ਹਫ਼ਤਾ ਕਰੋ ਇਹ ਵੀ ਸੂਬੇਦਾਰ ਸਾਹਿਬ ਦੇ ਪੁੱਤਰ ਨੇ ਹਾਂਜੀ ਮੇਰੇ ਵਾਲਾ ਸਾਹਿਬ ਸੂਬੇਦਾਰ ਰਿਟਾਇਰ ਦੇ ਜੀ ਤੇ ਕੁਦਰਤੀ ਮੇਰੇ ਬੈਗ ਵਿੱਚ ਸੂਬੇਦਾਰ ਸਾਹਿਬ ਹੈ ਨਾ ਨਾ ਕੀ ਜੀ ਇਕਬਾਲ ਚੀਮਾ ਇਕਬਾਲ ਚੀਮਾ ਸਾਹਿਬ ਨਾਲ ਫੋਨ ਤੇ ਵੀ ਗੱਲ ਹੋਈ ਹਾਂਜੀ ਮੁਹੰਮਦ ਇਕਬਾਲ ਚੀਮਾ ਨਾਲ ਹਾਂਜੀ ਮੁਹੰਮਦ ਇਕਬਾਲ ਅੱਲਾਹ ਤਾਲਾ ਖੁਸ਼ ਰੱਖੇ ਉਹਨਾਂ ਨੂੰ ਆਮੀਨ ਤੇ ਉਹਨਾਂ ਨਾਲ ਵੀ ਗੱਪ ਲੱਗੀ ਹੈ 2 ਮਿੰਟ ਉਹ ਪੁੱਤਰ ਨੂੰ ਮੈਂ ਕਿਹਾ ਕਿ 2 ਦਿਨ ਨਹੀਂ ਤੇ ਇੱਕ ਦਿਨ ਇਹਨਾਂ ਦੇ ਨਾਲ ਰਹਿ ਤੈਨੂੰ ਪਤਾ ਲੱਗਿਆ ਜੀ ਸੌਦਾ ਕਰਨ ਦਾ ਸਾਡਾ ਸ਼ਗਿਰਦ ਪਾਓ ਬੁਲਾ ਸੌਦਾ ਕਰਦਾ ਕਿੰਨਾ ਟਾਈਮ ਲਾਇਆ ਤੁਸੀਂ ਔਰ ਤੂੰ ਉਹਨੇ ਕਿਹਾ ਵੀਡੀਓ ਬਣਾ ਲਈਏ ਵੀਡੀਓ ਗੱਲ ਬਣੇ ਘੰਟਾ ਲੇਕਿਨ ਇਹਨਾਂ ਨੇ ਮੈਨੂੰ ਜਿਹਦੇ ਕੋਲ ਕੁਛ ਸਿੱਖਣ ਦੀ ਗੱਲ ਮਿਲੇ ਮੈਂ ਸਿੱਖ ਵੀ ਲੈਂਦਾ ਜੀ ਨਹੀਂ ਜੀ ਸਾਹਿਬ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਫਰਾਜ਼ਬੇ ਕੀਤਾ ਬਹੁਤ ਜ਼ਿਆਦਾ ਮੁਹੱਬਤ ਕੀਤੀ ਹੈ ਔਰ ਇਹਨਾਂ ਦਾ ਸ਼ੁਕਰੀਆ ਇਹਨਾਂ ਦੀ ਮਿਹਰਬਾਨੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਹੈ ਆਏ ਮੇਰੇ ਕੋਲ ਨਹੀਂ ਆਪਣੀ ਗਾਂ ਲੈ ਮੇਰੇ ਸੋਹਣੇ ਮਾਲਕ ਦੇ ਕਰਮ ਰਾਜ ਸਾਹਿਬ ਇਹਨੂੰ ਆਦੇ ਨੇ ਜ਼ਿੰਦਗੀ ਵਲ ਦਿੱਤਾ ਨਾ ਹਕੀਕਤ ਨਾ ਕਿ ਸੁਬੇਦਾਰ ਸਾਹਿਬ ਜਾਣ ਤੇ ਦਿਲ ਹੀ ਨਹੀਂ ਕਰਦਾ ਤੂੰ ਬੋਲੇ ਇਦਾਂ ਗਾਂ ਦਾ ਦੇ ਦੇ ਅੱਗੂ ਵੀ ਆਨ ਜਦੋਂ ਲੋੜ ਪੈਣ ਡੰਗਰ ਤੇ ਇੱਥੇ ਹੀ ਆਉਣਾ ਕਰਨਾ ਕਿਤੇ ਹੋਰ ਜਾਏ ਨਾ ਸਾਡੇ ਬੋਲੇ ਮੇਰੇ ਸੋਹਣੇ ਮਾਲ ਦੇ ਕਰਮ ਨਾਲ ਜਿਉਂਦੀ ਭਜੀ ਗਾਂ ਵੀ ਰਹਿ ਤੇ ਬੱਚੀ ਤੇ ਅਗਰ ਇਹਨਾਂ ਨੂੰ ਕੋਈ 10 ਰੁਪਏ ਮਹਿੰਗੀ ਵੀ ਦੇ ਲਈ ਹੈ ਨਾ ਇਹਨਾਂ ਨੂੰ ਮੇਰਾ ਅਖਲਾਕ ਤੇ ਪਿਆਰ ਜਿਹੜਾ ਹੈ ਨਾ ਉਹ ਹੀ ਲੈ ਇਹਨਾਂ ਕਿਹਾ ਕਿ ਸੁਬੇਦਾਰ ਸਾਹਿਬ ਤੂੰ ਕੋਈ ਗੱਲ ਗਲਤ ਨਹੀਂ ਕੀਤੀ ਜੋ ਵੀ ਕੀਤੀ ਬਿਲਕੁਲ ਉਹ ਸੋਹਣਾ ਮੇਰਾ ਪੁੱਤਰਾ ਬੱਲੇ ਦਾ ਬੱਲਾ ਨਾ ਹੋਏ ਤਾਂ ਮੱਥੇ ਤੇ ਭੁੱਲ ਇਹ ਵੀ ਐਮੀ ਕੋਰ ਦੇ ਸੁਬੇਦਾਰ ਸਾਹਿਬ ਦੇ ਪੁੱਤਰ ਨਹੀਂ ਤੇ ਇਹਨਾਂ ਕੋਲ ਮੈਂ ਥੋੜ੍ਹਾ ਜਿਹਾ ਕੋਈ ਸਿੱਖਿਆ ਵੀ ਕੋਈ ਸਿੱਖਿਆ ਕਿ ਤੂੰ ਵੀ ਪੁੱਤਰ ਥੋੜ੍ਹਾ ਜਿਹਾ ਟੈਟ ਹੋ ਜਾ ਇਹ ਨਹੀਂ ਕਿ ਫਰਾਜ਼ ਕੈਮਰਾ ਕਰੇ ਤਾਂ 1.5 ਲੱਖ ਪੋ ਤੇਰਾ ਆਸਾ ਬਾਦੇ ਵਰ ਬਦਲ ਅਜਾ ਫਰਾਜ਼ ਸਾਹਿਬ ਹੁਣ ਵੀ ਦੀ ਕੋਸ਼ਿਸ਼ ਹੀ ਕੀ ਹੋਣ ਵੀ ਆਈ ਸਾਹਿਬ ਹੋ ਗਈ ਹੁਣ ਵੀ ਮੂੰਹ ਕਦੀ ਇੰਜ ਕਰਦਾ ਹੀ ਕਦੀ ਪੱਕਾ ਕਰਦੇ ਤੇ ਮੈਂ ਵੇਦਾ ਪਿਆ ਮੈਂ ਕਿਹਾ ਹੁਣ ਤੇ ਮੈਂ ਕਿਹਾ ਵੇਖ ਲਓ ਜਦੋਂ ਇਹ ਨਰਾਜ਼ ਹੁੰਦੇ ਨੇ ਉਦੋਂ ਨਹੀਂ ਪਤਾ ਲੱਗਦਾ ਤੇਰਾ ਦੇ ਹਾਸੇ ਦਾ ਸ਼ੁਗਲ ਦਾ ਵੀ ਸਾਹਿਬ ਜੀ ਕੋਈ ਪਤਾ ਨਹੀਂ ਚੱਲ ਇਹਨਾਂ ਦੀ ਬੜੀ ਖਿਦਮਤ ਕਰ ਲਈਏ ਹੁਣ ਇਹ ਮੇਰੇ ਭਰਾ ਕਰਨਗੇ ਤੇ ਜਿਹੜੇ ਮੇਰੇ ਭਰਾ ਬੱਚੇ ਅੱਜ ਲੈ ਜਾਂਗੇ ਨਾ ਮਹੀਨਾ ਪਹਿਲਾਂ 1-1 ਲੱਖ ਨਾ ਵਧੇ ਤੇ ਤੁਹਾਨੂੰ ਕਹਿਣਗੇ ਸੁਬੇਦਾਰ ਸਾਹਿਬ ਨੇ ਇਹ ਗੱਲ ਕੀ 1-1 ਲੱਖ ਹੀ ਵਧਣਗੇ
ਇਨਸ਼ਾ ਪੂਰਾ ਮੇਰੇ ਸੋਹਣੇ ਈਦ ਤੱਕ ਤੇ ਸਾਊ ਰੱਜ ਰੱਜ ਕੇ ਤੇ ਸੋਹਣੇ ਕਿ ਇੰਜ ਇੰਜ ਅੱਜ ਇੰਜ ਮੇਰੇ ਪੁੱਤਰ ਦੋਏ ਨੀ ਸੋਹਣੇ ਏਦਾਂ ਦੇ ਫਿਰ ਦੱਸਿਓ ਜਿੰਜਾ ਦੋਏ ਪੁੱਤਰ ਹੀ ਕਿੱਡੇ ਸੋਹਣੇ ਜਵਾਨ ਮੇਰੇ ਨਾਲ ਕੱਦ ਵੀ ਵੱਡਾ ਧੂਆਂ ਦਾ ਇੱਧਰ ਦੇਖੋ ਇਸ ਤਰ੍ਹਾਂ ਹੀ ਸੋਹਣੇ ਤੇ ਅੱਜ ਇੱਧਰ ਵੇਖ ਆਹ ਦਈਆ ਵੀ ਤਾਂ ਗਲਤ ਵੀ ਇਸ ਤਰ੍ਹਾਂ ਨੇ ਕੈਮਰਾ ਦੱਸੇਗਾ ਤੇ ਮੇਰੇ ਭਰਾ ਦੱਸੇਗਾ ਵਾਕਈ ਅੱਜ ਨਹੀਂ ਜੀ ਬਿਹਤਰ ਹੋ ਗਿਆ ਜੀ ਜੀ ਹੁਣ ਸੋਹਣੇ ਚੈੱਕ ਕਰਵਾ ਲਈਏ ਸਾਹਿਬ ਜੀ ਠੀਕ ਹੈ ਜੀ ਖੁਦਾ ਹਾਫਿਜ਼ ਜੀ ਜੀ ਮਾ ਸਾਹਿਬ ਬਹੁਤ ਸ਼ੁਕਰੀਆ ਜੀ ਆਓ ਜੀ ਬਲਾਲ ਸਾਹਿਬ ਮਾਸ਼ਾਅੱਲਾ ਜੀ ਕਿੱਧਰ ਕੈਮਰਾ ਮਾਰਨਾ ਉਹ ਸਾਹਮਣੇ ਜੀ ਇਹ ਚੀਮਾ ਸਾਹਿਬ ਦੀ ਜਿਹੜੀ ਗਾਂ ਹੈ ਤੇ ਬੱਚੀ ਉਹ ਲੋਡ ਹੋਈ ਹੈ ਮਾਸ਼ਾਅੱਲਾ ਬਿਹਤਰ ਹੋ ਗਿਆ ਜੀ ਲਿਆਓ ਜੀ ਅਮਰ ਸਾਹਿਬ ਯਾਕ ਸਾਹਿਬ ਅਮਰ ਸਾਹਿਬ ਕਿੱਥੇ ਨੇ ਜੀ ਅਮਰ ਸਾਹਿਬ ਭੱਠੇ ਲੈ ਆਏ ਇਕੱਲੇ ਜੀ ਅਰੋ ਅੱਜ ਉਹ ਵਜ਼ਰਾ ਜੀ ਬਲਾਲ ਸਾਹਿਬ ਕਿੰਨਵਾਂ ਸੁਆ ਸੂਈ ਹੈ ਜੀ ਫਰਾਜ਼ ਸਾਹਿਬ ਵੈੜੀ ਸੂਈ ਹੈ ਦੂਸਰਾ ਕਿੱਦਾਂ ਦੀ ਸੂਈ ਹੈ ਫਰਾਜ਼ ਸਾਹਿਬ ਰਾਤੀ ਸੂਈ ਹੈ ਜੀ ਵੈੜੀ ਰਾਤੀ ਸੂਈ ਹੈ ਸੁਆ ਦੂਸਰਾ ਭਾਈ ਖਿਲਾ ਰਹੇ ਹੋ ਜੀ ਬੋਲੇ ਤੇ ਅਵੇ ਬੋਲਾ ਕਿੰਨਾ ਕੀ ਹੈ ਬਲਾਲ ਸਾਹਿਬ ਦੇ ਕੋਲ ਸਾਹਿਬ ਕਿੱਥੇ ਜੇ ਨਾੜੂ ਥੋੜਾ ਜਿਹਾ ਲੱਗ ਗਿਆ ਗਾਈ ਲਾ ਹਰੇ ਬੱਚਾ ਪਿੱਛੇ ਤੇ ਅੱਛਾ ਪਿੱਛੇ ਭਰਾ ਸਾਹਿਬ ਠੀਕ ਹੈ ਸਾਹਿਬਾ ਦੀ ਗਾਂ ਖਾੜੀ ਜਿਹੜੀ ਜੀ ਉਹ ਚੈੱਕ ਕਰਵਾ ਦਿੱਤੀ ਹੈ ਸਾਹਿਬ ਇਹਨਾਂ ਦੀ ਬਹੁਤ ਠੀਕ ਹੈ ਸੋਵਾ ਦੂਸਰਾ ਰਾਤ ਦੀ ਸੂਈ ਹੈ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਕ੍ਰਾਸ ਬਰੀਡ ਹੈ ਗਰਮੀਆਂ ਦਾ ਤੋਹਫਾ ਹੈ ਬੋਲਾ ਕਿੰਨਾ ਕਿ ਬਲਾਲ ਸਾਹਿਬ ਦੇ ਕੋਲ ਫਰਾਜ਼ ਸਾਹਿਬ ਦੋ ਚਪਾਈਆਂ ਕੀ ਤਾਂ ਬਿਲਕੁਲ ਤਾਜ਼ੀ ਸੂਈ ਹੈ ਅੱਛਾ ਵੈਰੀ ਮਾਸ਼ਾਅੱਲਾ ਜਿਉਂ ਜਿਉਂ ਚਵਾਈਆਂ ਚ ਪੇਕ ਦਿੰਦਾ ਮਦੇ ਹਾਲ ਮੌਕਾ ਵਾਰੀ ਕੋਈ 11 ਕਿਲੋ ਦੁੱਧ ਦੋਵਾਂ ਟਾਮਾਂ ਦਾ ਟੋਟਲ ਬੱਚੇ ਸਮੇ ਜਿਹੜਾ ਮੌਜੂਦਾ ਬੋਲਾ ਵੇ 11 ਕਿਲੋ ਵੇ ਅਗੂ ਆਟਾ ਸੁੱਟ ਕੇ ਸਾਫ ਹੋ ਗਈ ਇਨਸ਼ਾਅੱਲਾ ਜ਼ਿਆਦਾ ਕਰੇ ਜੀ ਆ ਵੀ ਗਰਮੀਆਂ ਦਾ ਤੋਹਫਾ ਲਿਬਾਸ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਲਿਆਓ ਜੀ ਭਾਈ ਲਿਆ ਕੇ ਸਾਹਿਬ ਲੰਮੀ ਟੋਕ ਲੈ ਚਲੋ ਗੁਲਿਆ ਨੰਬਰ 2 ਵਾਲੀ ਕੀ ਨਸਲ ਜੇ ਬਲਾਲ ਸਾਹਿਬ ਦੀ ਸਾਹਿਬ ਪਾਕਿਸਤਾਨੀ ਬ੍ਰਾਂਡ ਹੈ ਜ਼ਿੰਦਾਬਾਦ ਪਾਕਿਸਤਾਨ ਦਾ ਬ੍ਰਾਂਡ ਸਾਹੀਵਾਲ ਗਰਮੀਆਂ ਦਾ ਹਾਸ ਤੋਹਫਾ ਨਾਲ ਜਿਹੜਾ ਦੂਸਰਾ ਲਫ਼ਜ਼ ਬੋਲ ਕੇ ਵੀ ਦੱਸੋ ਦਿਲਬਹਾਰ ਤੋਹਫਾ ਕੀ ਰੇਟ ਹੈ ਜਿਹਦਾ ਗਰਮੀਆਂ 'ਚ ਗਰਮੀ ਨਾ ਕਰੇਗੀ ਸਰਦੀਆਂ 'ਚ ਸਰਦੀ ਨਾ ਕਰੇਗੀ ਮੰਨੀ ਰੇਟ ਵੀ ਦਿਲਬਹਾਰ ਹੋਏ ਤੇ ਰੇਟ ਵੀ ਇੰਜ ਹੋਏਗਾ ਮੇਰਾ ਪੁੱਤਰਾ ਉਹ ਮੇਰਾ ਸੁਣ ਗੱਲ ਹਾਂਜੀ ਬਹੁਤੀ ਦੁੱਧ ਸਾਂਭਣ ਲੱਗਾ ਟਾਈਮ ਲੱਗਦਾ ਸਾਹ ਥੋੜੀ ਜਿਹਾ ਸਾਹ ਕੱਟਣਾ ਸਾਹ ਵੀ ਦੇਣਾ ਪੈਂਦਾ ਇਸ ਤਰ੍ਹਾਂ ਥੋੜਾ ਕਿ ਬੰਦੇ ਕਿਸੇ ਵਕਤ ਕੀਤੀ ਹੈ ਐਂ ਸਿਵਾ ਤੇਰੀ ਹੋਣੀ ਚਾਹੀਦੀ ਹੈ ਭਰਾ ਸਾਹਿਬ ਵੈੜੀ ਸਾਡੀ ਪੂਰੇ 2.5 ਲੱਖ ਦੀ ਰੇਟ ਹੋਣਾ 2,15,000 ਰੁਪਏ ਜੀ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਸਰ ਰੇਟ ਜਿਆਦਾ ਹੈ ਕਿ ਨਹੀਂ ਇਹਨ ਹੋ ਗਿਆ 2,15 ਅੱਜਾ ਜਿਦੋਂ ਅੱਜਾ ਜਿਦੋਂ ਚੁੱਕਿਆ ਜਾਂਦਾ ਬਹੁਤਾ ਹੀ ਚੁੱਕਾ ਦਾ ਪੱਪ ਦੀ ਵਾਸ਼ਲ ਬਹੁਤੀ ਵੇਰੋ ਕੀ ਰੇਟ ਇੱਕ ਹੋਰ ਤੁਸੀਂ ਸੂਬੇਦਾਰ ਸਭ ਕੰਮ ਕਰ ਰਿਹਾ ਕਿਹੜਾ ਇਹ ਗੁਹਾਡੇ ਹਾਸੇ ਦਾ ਕੋਈ ਇਲਾਜ ਕਰਵਾਓ ਹਾਸੇ ਦਾ ਤੁਸੀਂ ਆਪੇ ਆਪੇ ਕੱਲ ਪਰਸੋਂ ਲੜ ਪੋਗੇ ਫੇਰ ਹੋਈ ਇਹਦਾ ਤੇ 2 ਮਹੀਨੇ ਕੋਈ ਨਾ ਠੀਕ ਹੈ ਤੁਹਾਡਾ ਲੜ ਲੱਗੇ ਕੋਈ ਪਤਾ ਨਹੀਂ ਲੱਗਦਾ ਤੂੰ ਜੀ ਬਿਹਤਰ ਹੋ ਗਿਆ ਕਿ ਲਿਆਓ ਜੀ ਨੰਬਰ 2 ਵਾਲੀ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਅਏ ਭਾਈ ਲੱਗ ਸਭ ਦੇਖ ਲਾਓ ਜ਼ਰਾ ਸਿੱਧੀ ਕਰੋ ਜੀ ਬਲਾਲ ਸਾਹਿਬ ਕਿੰਨਵਾਂ ਸੁਆ ਸੂਈ ਹੈ ਜੀ ਬਲਾਲ ਸਾਹਿਬ ਵੈੜੀ ਸੂਈ ਹੈ ਦੂਸਰਾ ਸੁਆ ਸੋਵਾ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ ਇਹ ਪ੍ਰਿੰਟ ਦੋਸਤਾਂ ਵੇਖ ਲੈਣਾ ਦਿਲ ਮੱਥੇ ਤੇ ਜਿਹੜਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਕੇਵਾਂ ਲਾ ਲਵੋ ਲੈ ਗਿਆ ਬਲਾਲ ਸਾਹਿਬ ਇਹਦਾ ਪੈਕੇਜ ਅਜੇ ਲਾਹਣ ਐ ਸੇ ਕੋਈ ਠੀਕ ਹੈ ਜਾ ਕੇ ਬੱਚਾ ਪਿੱਛੇ ਤੇ ਅੱਛਾ ਪਿੱਛੇ ਇਹਦੇ ਪਿੱਛੇ ਬੱਚਾ ਮਾਸ਼ਾਅੱਲਾ ਜੀ ਖਿਲਾ ਰਿਓ ਕਾਲੇ ਥਣ ਲੱਗੇ ਨੇ ਸੁਵਾ ਦੂਸਰਾ ਵੀ ਕਿਦਾਂ ਦੀ ਸੂਈ ਹੈ ਬਲਾਲ ਸਾਹਿਬ ਸਾਹਿਬ ਇਹਨੂੰ ਤਿਆਰਿਆ ਜੀ ਕੋਈ 4-5 ਹੋ ਗਏ 4-5 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਅਲਗਾ ਜਾ ਲਿਆ ਕੇ ਸਭ ਢੋਰ ਕੇ ਲਿਆ ਪਿੱਛੇ ਦੇ ਬੱਚਾ ਸੁਵਾ ਦੂਸਰਾ ਦੁੱਧ ਕਿੰਨਾ ਕਿਹਦੇ ਕੋਲ ਫਰਾਜ਼ ਸਾਹਿਬ ਵੈੜੀ ਕੋ ਇਸ ਟਾਈਮ ਦੁੱਧ ਹੋਏਗਾ 10 ਕਿਲੋ ਦੋਵਾਂ ਟਾਮਾਂ ਦਾ ਟੋਟਲ ਬੱਚੇ ਸਮੇਤ ਦੁੱਧ 10 ਕਿਲੋ ਨਸਲ ਕੀ ਜੀ ਫਰਾਜ਼ ਸਾਹਿਬ ਨਸਲ ਜਰਸੀ ਤੇ ਚੋਲਸਤਾਨੀ ਕਰਾਸ ਜਰਸੀ ਤੇ ਚੋਲਸਤਾਨੀ ਕਰਾਸ ਇਹ ਗਰਮੀਆਂ ਦਾ ਤੋਹਫਾ ਮਾਸ਼ਾਅੱਲਾ ਜੀ ਕਰਾਸ ਬਰੀਡ ਨੰਬਰ 2 ਤੇ ਕਰਵਾਈ ਹੈ ਕਾਲੇ ਥਣ ਲੱਗੇ ਨੇ ਲਿਬਾਸ ਵੀ ਦੋਸਤਾਂ ਚੈੱਕ ਕਰਵਾ ਦਿੰਨੇ ਆ ਅੱਗੇ ਮੋਟੀ ਬਖਾੜ ਕਿਹੜਾ ਦੋਸਤਾਂ ਵੇਖਣਾ ਮਾਸ਼ਾਅੱਲਾ ਮੱਥੇ ਦੇ ਬੈਂਡ ਫਰਾਜ਼ ਸਾਹਿਬ ਜੀ ਜੀ ਜਿੱਦਾਂ ਮੈਂ ਕਹਿੰਦਾ ਕੋਈ ਕਿਸੇ ਨਾਲ ਕਿਸੇ ਨੂੰ ਪਿਆਰ ਹੁੰਦਾ ਨਾ ਅੱਖ ਤੋਂ ਹੁੰਦਾ ਪਤਾ ਹੈ ਗੱਲ ਦਾ ਤੂੰ ਆਹੀ ਦੱਸਿਆ ਅੱਖ ਤੋਂ ਜਾਂ ਟੋਰ ਤੋਂ ਹਾਂਜੀ ਨਹੀਂ ਪਹਿਲਾਂ ਅੱਖ ਅੱਖ ਵੇਖੋ ਫਰਾਜ਼ ਸਾਹਿਬ 40
ਜਦੋਂ ਤੈਨੂੰ ਇਹ ਪਿਆਰੀ ਲੱਗਣੀ ਪਹਿਲਾਂ ਅੱਖ ਤੋਂ ਲੱਗਣੀ ਹੈ, ਬਾਅਦ ਚ ਲਿਬਾਸ ਵੇਖਣਾ ਹੈ ਤਾਂ ਕਿ ਮੇਰਾ ਸੁਣੇ ਮਾਲਕ ਦੇ ਕਰਨਾ ਕਿ ਦੁੱਧ ਕਿੰਨਾ ਦੇਗੀ ਤੇ ਕਿਸ ਤਰ੍ਹਾਂ ਦੀ। ਠੀਕ ਹੈ ਲੈ ਚਲੋ ਭਾਈ ਲੱਗ ਸਾ ਮਾਸ਼ਾਅੱਲਾ ਜੀ। ਦੇਖੋ ਪਿੱਛੇ ਦੇ ਬੱਚਾ ਦੁੱਧ 10 ਕਿਲੋ ਭੋਲੀ ਹੈ, ਕੋਈ ਡਰਦੀ ਨਹੀਂ ਕੈਮਰੇ ਕੋਲ, ਕੈਮਰੇ ਕੋਈ ਨਹੀਂ ਡਰਦੀ, ਗਾਲੀ ਕਰੀ ਜਾਂਦੀ ਹੈ ਭੋਲੀ। ਠੀਕ ਮਿਹਰਬਾਨੀ ਸਾਹਿਬ ਜੀ, ਮਿਹਰਬਾਨੀ ਜੀ। ਬਲਾਲ ਸਾਹਿਬ ਕੀ ਰੇਟ ਹੈ ਜੀ ਵਾਰਡ ਨੰਬਰ 2 ਦਾ? ਬੱਚੀ ਅੱਜ 3 ਲੱਖ ਰੁਪਈਆ ਲਾਣਾ ਸੀ ਮੁੱਲ। ਅੱਛਾ ਬੜਾ ਲਬਾਸ ਹੈ ਬਾਬਾ ਬੜਾ ਲਾਚਨ ਹੈ ਤੁਹਾਨੂੰ ਕਹਾਂ ਬਈ ਗਾਂ ਦਾ ਢਾਬਾ ਲਬਾਸ ਤੇ ਤੁਹਾਨੂੰ ਪੁੱਛਦੀ ਕਿੰਨਾ ਠੀਕ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਗੱਬਾ ਨੇ ਬਲਾਲ ਸਾਹਿਬ ਹੈ। ਬਿਲਕੁਲ ਲੈ ਚਲੋ ਜੀ ਭਾਈ ਲੱਗ ਸਾ ਮਾਸ਼ਾਅੱਲਾ ਜੀ, ਤੁਹਾਨੂੰ ਦੋਸਤਾਂ ਫਿਰ ਵੇਖਣੇ ਨੇ ਚੰਗੇ ਪਾਵਰ ਵਾਲੇ ਪਾਵਰਫੁਲ ਮੱਝਾਂ ਦੇ ਥਲ ਲੱਗੇ ਨੇ ਜੀ। ਦਿਨ ਤਕਰੀਬਨ ਭਾਈ ਇਹਨਾਂ ਦੱਸੇ ਨੇ 5 ਤੇ 2-4 ਦਿਨ ਉੱਤੇ ਥੱਲੇ ਉਹ ਸਾਹਿਬ ਪਹਿਲਾਂ ਮਾਸ਼ਾਅੱਲਾ 16-17 ਡੱਬੇ ਦੁੱਧ ਘੱਟ ਸੀ ਜੀ। ਪੱਕੀ ਗੱਲ ਹੈ ਜਿੱਡਾ ਜਿਹੜਾ ਥਣ ਲਗਾ 2-2 ਕਿਲੋ ਤੇ ਉਂਝ ਤਾਂ ਇਹਨੂੰ ਇਹਨੂੰ ਥਣਾ ਜੀ ਥਣਾ ਜੀ ਇਹਨੀ ਕਿ 8 ਕਿਲੋ ਦੁੱਧ ਥਣਾ ਚ ਹੋ ਗਿਆ, 16-17 ਕਿਲੋ ਟੱਕ ਬਣ ਕੇ ਬਾਬਾ ਦਾ ਦੁੱਧ ਘੱਟਦੀ ਜੀ। ਜੀ ਬਿਹਤਰ ਹੋ ਗਿਆ, ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਕੰਨ ਛੋਟੇ ਛੋਟੇ, ਕੰਨ ਛੋਟੇ ਛੋਟੇ, ਮੂੰਹ ਅੱਖ ਮੱਥੇ ਤੇ ਬੈਂਡ, ਅੱਖਾਂ ਜੀ ਭਰਾ ਸਾਹਿਬ ਸੁਰਮਾ ਵੀ ਪਿਆ, ਅੱਖਾਂ ਕਾਲੀਆਂ ਸੁਰਮੇ ਵਾਲੀਆਂ ਵਾਕਈ। ਹੂੰ ਹੁਣ ਤੁਸੀਂ ਵੀ ਹੱਸਦੇ ਹੋ ਵੀ ਨਹੀਂ ਇਹੀ ਵੈਸੇ ਅੱਜ ਜਿਹੜੇ ਲੈ ਕੇ ਨਾ ਇੱਥੋਂ ਦੇ ਆ ਜਿਹੜੇ ਗਾਂ ਤੁਹਾਡੇ ਸਾਹਮਣੇ ਲੈ ਕੇ ਗੁਜਰਾਲੇ ਦੇ ਉਹਨਾਂ ਕਿਹਾ ਇੰਨਾ ਚਸ ਫਿਲਮ ਵੇਖੇ ਤੇ ਨਹੀਂ ਆਉਂਦੀ ਜਿਹੜੀ ਤੁਹਾਡੀ ਵੀਡੀਓ ਵੇਖੇ ਤੇ ਆਉਂਦੀ ਆ ਬੋਲ ਵੀ ਸਾਹਿਬ ਫਿਲਮ ਪਰਾਂ ਕਰ ਛੱਡਦੇ ਆ ਅੱਜ ਤੇ ਯਕੀਨ ਕਰੋ ਮੈਂ ਕਹਿੰਦੀ ਫਿਲਮ ਪਹਿਲਾਂ ਫਿਲਮ ਵੇਖਦੇ ਹੁੰਦੇ ਆ ਹੁਣ ਜਦੋਂ ਫਿਲਮ ਤੇ ਦਿਲ ਕਰਦਾ ਤੁਹਾਡੀ ਵੀਡੀਓ ਲਾ ਰਹੇ ਆ ਅਸਾ ਹਾਸਾ ਪੁੱਟਿਆ ਕੀਤਾ। ਕੀ ਬਾਤ A1 ਹੋ ਗਿਆ ਜੀ ਪਾਣੀ ਜਗ੍ਹਾ ਦੁੱਧ ਪੀਏਗਾ। ਕੀ ਰੇਟ ਹੈ ਬਲਾਲ ਸਾਹਿਬ ਦਾ? ਬਲਾਲ ਸਾਹਿਬ ਮੇਰੇ ਪੁੱਤਰ ਨੇ ਕਹਿੰਦੇ ਬੋਤ ਤੇ ਵਾਵਾ ਪੈਸੇ ਲੱਗਦੇ ਨੇ ਕਰਾਉਣ ਲੱਗਿਆ, ਉਹ ਲੋਕ 500 ਦਾ ਕਰਾਉਂਦੇ ਰਹੇ ਉਹ ਫੁੱਟ ਵਾਲਾ ਜੀ ਜੀ ਫਿਰ ਡੈਮ ਜਾ ਫਿਰ ਕਿੱਦਾਂ ਫਾਇਦਾ ਹੋ ਗਿਆ ਉਹਨਾਂ ਦਾ, ਅੱਧਾ ਬੋਰ ਦੀ ਲੋੜ ਹੀ ਹੁੰਦੀ ਚੜਾਸ ਦਾ ਚਿੜੋ ਦਾ ਵੱਡਾ ਹੁੰਦਾ ਤੁਸੀਂ ਜੀ। ਬਲਾਲ ਸਾਹਿਬ ਕੀ ਰੇਟ ਹੈ ਜੀ ਦਾ? ਬਲਾਲ ਸਾਹਿਬ ਇਹਦਾ ਰੇਟ ਲਾਉਣਾ 4 ਲੱਖ ਰੁਪਏ, ਇੱਕ ਇੱਕ ਥਾਨ ਦਾ ਮੁੱਲ ਲਾਉਣਾ 1 ਲੱਖ ਰੁਪਏ ਘੱਟ ਘੱਟ ਸ਼੍ਰੀ ਫਿਰ ਥਾਣੀ ਦੇਖ ਲਓ ਲਾ ਕੇ ਬਲਾਲ ਸਾਹਿਬ ਅੱਜ ਸੁਬਾ ਪਹਿਲਾ ਨੰਬਰ 4 ਤੇ ਚੈੱਕ ਕਰਵਾਉਂਦੇ ਹਾਂ ਮਾਸ਼ਾਅੱਲਾ ਜੀ, ਖਿਲਾ ਰਹੇ ਹੋ ਜ਼ਰਾ ਸੂਬੇਦਾਰ ਸਾਹਿਬ, ਪਹਿਲੀ ਚੁਆਈ ਕੀਤੀ ਹੈ ਕਿ ਨਹੀਂ? ਜਾ ਗਈ ਪਿੱਛੇ ਦੇ ਇਹ ਪਿੱਛੇ ਬੱਚੀ ਕਰਮਲੀ ਆ ਵੀ ਦੋਨੇ ਨਾੜੂ ਵੀ ਦੋਸਤਾਂ ਵੇਖ ਲੈਣਾ ਜੀ, ਬੱਚੀ ਵੀ ਦੋਸਤਾਂ ਵੇਖ ਲੈਣੀ, ਬੱਚੀ ਦਾ ਹੀ ਮੁੱਲ ਤੇ ਗਾਂ ਫਿਰੀ ਦੋਵੇਂ ਬੱਚੀਆਂ ਹੀ ਨੇ। ਅੱਜ ਬਾਬਾ ਸਾਈਂ ਜੋਇਆ ਪਤਾ ਕਿਦਾਂ ਆਈ
ਇਹਦੇ ਕੋਲੋਂ ਤਾਂ ਯਾਦ ਆ ਗਿਆ। ਉਹਨੇ ਕਿਹਾ ਸੂਬੇਦਾਰ ਤੇਰੇ ਕੋਲ ਬੰਦਾ ਰਾਤ ਦਿਨ ਕਿਉਂ ਨਾ ਕੰਮ ਕਰੇ, ਜੋ ਜੱਫਾ ਲਾਉਣਾ ਵੇ ਉਦੋਂ ਉਹਦਾ ਥਕੇਵਾਂ ਲਾਈ ਜਾਂਦਾ, ਕਹਿੰਦਾ ਉਹਦੇ ਚਿਹਰੇ ਤੋਂ ਪਤਾ ਥਕੇਵਾਂ ਲਾਈ ਜਾਂਦਾ। ਉਹਨੇ ਕਿਹਾ ਰਾਤ ਦਿਨ ਉੱਠ ਉੱਠ ਕੇ ਰਾਤੀ ਵੀ ਡੰਗਰਾਂ ਨੂੰ ਮਾਲਿਸ਼ ਕਰੇਗਾ ਪੂਰਾ ਸੂਬੇਦਾਰ। ਮੈਂ ਕਿਹਾ ਮੈਂ ਪੂਰਾ ਨਹੀਂ, ਬੰਦੇ ਪੂਰੇ ਨੇ, ਬਿਲਕੁਲ ਜੀ ਮਿਹਨਤੀ ਆਦਮੀ। ਕੀ ਆ ਪਿਆ ਪੂਰੇ ਹਾਰ ਪਾਏ ਨੇ, ਸ਼ਿੰਗਾਰੇ ਨੇ, ਗਾਈਆਂ ਨੂੰ ਕੱਖ ਵੀ ਨੀ ਵੇਖੋ। ਆਪਣਾ ਆਪਣਾ ਨਸ਼ਾ ਹੁੰਦਾ, ਕਿਸੇ ਨੂੰ ਕਿਸੇ ਸ਼ਾਹ ਦਾ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਨਸ਼ਾ ਕਰਦਾ ਨਸ਼ਾ। ਤੇ ਮੈਂ ਕਿਹਾ ਉਸ ਵੇਲੇ ਜਿਹਨੂੰ ਪਾ ਦੇ ਕੋਈ 200 ਬੱਚਾ ਫਿਰ ਠੀਕ ਹੈ, ਸਾਨੂੰ ਸਹੀ ਦਾ ਸ਼ਗਿਰਦ ਪਾ ਦੋ। ਕਿਹਦਾ? ਸਹੀਦ ਨੂੰ ਬੱਚਿਆਂ ਦਾ ਨਸ਼ਾ ਨਾ, ਆ ਨਸ਼ਾ ਸਿਰਫ ਜਿਹਨੂੰ ਕਹਿੰਦੇ ਹੋ ਸਹੀਦ ਨੂੰ, ਸਿਰਫ ਐਸੇ ਹੀ ਨਸ਼ਾ ਹੈ, ਪੱਠੇ ਪਾਉਣ ਦਾ ਨਹੀਂ। ਪੱਠੇ ਪਾਉਣ ਦਾ ਵੀ ਸ਼ੌਂਕ ਹੈ ਬੱਚੇ, ਇਹਨੂੰ ਪੱਠੇ ਪਾਉਣ ਦਾ ਨਸ਼ਾ। ਚੰਗੇ ਸਾਂਬੇ ਨੇ, ਉਹਨੂੰ ਪੱਠੇ ਪਾਉਣ ਦਾ ਨਹੀਂ, ਉਹ ਸਿਰਫ ਉਹਨੂੰ ਵੇਖਣ ਦਾ। ਤੁਹਾਨੂੰ ਮੈਂ ਵਿਖਾਣਾ ਮਾਸ਼ਾਅੱਲਾ ਦਾਣੇ ਲਿਆ ਕੇ ਜੀ, ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਵਿਆਹ ਨੂੰ ਚਾਰ ਚਾਰ ਕਰਵਾ ਲਿਆ ਕੇ ਧੋਂਦੀ ਹੈ ਮਾਸ਼ਾਅੱਲਾ, ਦੋ ਦਾਂਦ ਦੇ ਮਾਸ਼ਾਅੱਲਾ ਜੀ। ਅੱਜ ਸਵੇਰ ਹੀ ਸੂਈ ਜਿਹੜੀ ਪਹਿਲੀ ਚੋਈ ਕੀਤੀ ਹੈ, ਕੋਈ 5 ਕਿਲੋ ਬੋਲੀ ਕੱਢੀ ਹੈ ਮਾਸ਼ਾਅੱਲਾ ਜੀ, ਮੁਕੰਮਲ ਨਹੀਂ ਕੀਤੀ। ਫਾਨ ਵੀ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ, ਪੈਦਲ ਹੋ ਕੇ ਖਿਲਾ ਰਹੇ ਜੀ ਕਰਮਲੀ ਹੈ ਵੀ, ਦੋ ਨੇ ਪਿੱਛੇ ਤੇ ਬਚੀ ਲੱਸੀ ਦੀ ਕਰਵਾਈ, 2 ਕਿਲੋ ਇਹ ਜੀ ਥਾਣੀ ਦੋਸਤਾਂ ਵੇਖ ਲੈਣੇ ਨੇ, ਬਿਹਤਰ ਹੋ ਗਿਆ ਜੀ। ਚਿਹਰਾ ਵੀ ਦੋਸਤਾਂ 'ਚ ਕਰਵਾ ਦਿੰਦੇ ਹਾਂ, ਸਿੰਘ ਐਵੇਂ ਮਾਮੂਲੀ ਜਿਹੀ ਹਲਕੇ ਜੀ। ਇੱਕ ਹੋਰ ਫਰਾਜ਼ ਸਾਹਿਬ, ਚੌਂਦਾ ਥੋੜ੍ਹੀ ਜਿਹੀ ਔਲ ਕੀਤੀ ਹੈ ਪਹਿਲਾਂ ਨੇ, ਫਰਾਜ਼ ਸਾਹਿਬ ਪਹਿਲਾਂ ਨੇ, ਠੀਕ ਹੈ। ਜੇਕਰ ਔਲ ਦੀ ਵਜ੍ਹਾ ਨਾਲ ਇੱਧਰ ਵੇ ਹੋਏ ਮੁੱਲ ਜ਼ਰਾ ਥੱਲੇ ਕਰ ਉਹਨਾਂ, ਇਹ ਪਹਿਲਾਂ ਨੇ 2-3 ਦਿਨ ਕਰਦੀ ਆ ਜੀ ਗੱਲ ਸਾਫ ਸੁਥਰੀ ਕਰਨੀ, ਪਹਿਲਾਂ ਨੇ ਕੁਛ ਕਰਦੀਆਂ ਨੇ, ਬਿਹਤਰ ਹੋ ਗਿਆ ਕਰਦੀਆਂ ਨੇ, ਠੀਕ ਹੈ। ਲੈ ਚਲੋ ਜੀ ਭਾਈ ਲਿਆਕਰ ਸਾਹਿਬ, ਨਸਲ ਕੀ ਬਲਾਲ ਸਾਹਿਬ ਸਾਹਿਬ, ਬ੍ਰਾਂਡ ਪਾਕਿਸਤਾਨੀ ਜ਼ਿੰਦਾਬਾਦ। ਗਰਮੀਆਂ ਦਾ ਤੋਹਫਾ ਨਾਲ ਗਿਆ, ਕੀ ਰੇਟ ਹੈ ਜੀ ਇਹਦਾ? ਚਾਲੀ ਤੋਂ ਘੱਟ ਦੇ, ਮੈਂ 40 ਤੁਸੀਂ ਉਹ ਲੈ ਜੀ, ਬਿਹਤਰ ਹੋ ਗਿਆ 2,40,000 ਜੀ ਜੀ। ਅੱਗੇ ਭਾਈ ਲਿਆਓ ਜੀ ਨੰਬਰ 5 ਵਾਲੀ ਜੀ, ਆ ਗਈ ਮਾਸ਼ਾਅੱਲਾ ਜੀ ਨੰਬਰ 5 ਆ ਗਈ। ਉਹ ਇੱਕ ਬਾਹਰ ਵੀ ਵੱਜੀ ਜੀ, ਓਏ ਕੋਈ ਚੱਕਰ ਨਹੀਂ ਜੀ, ਇਹ ਗੱਬਣੇ ਜੀ ਆ ਰਾਜ ਸਾਹਿਬ। ਹਾਂਜੀ ਗੱਬਣੇ, ਕਿੰਨਵਾ ਸੁਆ ਦਾ ਰਾਜ ਸਾਹਿਬ? ਮਾਸ਼ਾਅੱਲਾ ਦੂਸਰਾ ਸੁਆ, ਵੈਰੀ ਸੋਵਾ ਦੂਸਰਾ ਸੋਣਾ ਮਾਸ਼ਾਅੱਲਾ ਜੀ, ਬੜੀ ਬਰਾਂਡੀ ਮੱਠੀ। ਇਹਨ ਕਿੰਨੇ ਕਿਲਾ ਰਹੀ ਆ ਗਾੜੇ ਭਾਈ ਟੋਰੇ? ਰਾਜ ਸਾਹਿਬ ਬਿਆਰੇ 5 ਕਿਲਾ ਜੀ, 5 ਕਿ ਦਿਨ ਤਕਰੀਬਨ ਲੈਂਦੀ ਹੈ ਵੀ ਸੋਵਾ ਦੂਸਰਾ ਸੋਣਾ ਮਾਸ਼ਾਅੱਲਾ ਜੀ। ਟੋਰ ਵੀ ਦੋਸਤਾਂ ਵੇਖ ਲੈਣੀ ਹੈ, ਖਿਲਾਰੇ ਭਾਈ ਜਾਨ ਮਾਸ਼ਾਅੱਲਾ ਫਿਰ ਸਾਊ ਬੜੀ, ਕੈਮਰੇ ਵੀ ਡਾਢੀ ਖੁੱਲ੍ਹ ਗਏ। ਲਿਆ ਬਾਈ ਲਿਆ ਕੇ ਤੇ ਪਰਤਾ ਕੇ ਲਿਆਓ ਜੀ, ਚਿਹਰਾ ਵੀ ਸਾਹਮਣੇ ਕਰੋ ਜੀ, ਚਿਹਰਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਹਾਂ। ਮਾਸ਼ਾਅੱਲਾ ਜੀ ਗੱਬਾਂ ਨੇ ਜਿੰਦ ਤਕਰੀਬਨ 5 ਕੁ ਦੱਸੇ ਨੇ, ਸੁਬਾਹ ਦੂਸਰਾ ਸੋਣਾ, ਮੱਥੇ 'ਚ ਬੰਡ ਵੀ ਆਇਆ ਲੈ। ਚਲੋ ਜੀ ਨਸਲ ਕੀ ਜੇ? ਜਰਸੀ ਤੋਂ ਫਰੀਸ ਜੀ, ਲਾਓ ਜੀ ਰੇਟ ਦਾ ਵੀ ਸੋਣਾ ਜੀ। ਦੋ ਲੱਖ ਤੇ 40,000 ਨੰਬਰ 5 ਦੇ ਚੈੱਕ ਕਰਵਾ ਸਾਹਿਬ, ਜਾ ਜਦੋਂ 40 ਜਿਵੇਂ ਉਹ ਪੈਰ ਰੱਖ ਨਹੀਂ ਚੜੀ ਦਾ, ਜੇ ਤਿਆਰ ਹੋਏ ਕਿ ਨਾ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ, ਤੇ ਪਿਛਾ ਹੀ ਉਹ ਕੀ ਉਹਨੂੰ ਡਿੱਕੀ 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 ਲਾਹੜੇ ਦੀ, ਉਹ ਇਸ਼ਵਾਕ ਕਹਿੰਦਾ ਡਿੱਕੀ ਜੀ ਜੀ। ਹਾਂ ਮਾਸ਼ਾਅੱਲਾ, ਉਹ ਜਿਹਨੂੰ ਮੇਰੇ ਤਰਫ ਵਿਚਾਰੇ ਨੂੰ ਨਾਮ ਹੀ ਸਾਰਾ ਤੁਹਾਡਾ ਨਹੀਂ ਹੁੰਦਾ, ਤੁਹਾਨੂੰ ਆਉਂਦੇ ਨੇ ਫਰਿਆਦ ਆਪਣਾ ਨਾਂ ਤਾਂ ਸ਼ਰੀਫ ਆਦਮੀ ਨੇ, ਵੇਖੋ ਨਾ ਜਿਹੜੀ ਗੱਲ, ਮੈਂ ਵੀ ਨਾ ਸ਼ਰੀਫ ਆਦਮੀ ਤੇ ਰਾਜ ਸ਼ਰੀਫ ਆਦਮੀ, ਉਹ ਗਏ ਦੇ ਨਾ ਉਹਨਾਂ ਨੂੰ ਬਿਠਾ ਕੇ ਨਾ, ਉਹ ਮੇਰੇ ਯਾਰ ਵੀ ਨੇ, ਉਹਨਾਂ ਨੂੰ ਬਿਠਾ ਕੇ ਨਾ, ਪਤਾ ਕਿਆ ਕਹੋ, ਫਰਾਜ਼ ਮੇਰਾ ਨਾਮ ਫਰਾਜ਼ ਹੈ, ਫਰਾਜ਼ ਹੈ, ਫਰਾਜ਼ ਉਹ ਜੋ ਪਹਿਲੀ ਵਜੇ ਨਹੀਂ ਪੜਿਆ ਨੂੰ ਪੜਾਉਂਦੇ ਹੁੰਦੇ ਆ, ਸਬਕ ਯਾਦ ਕਰਵਾਈਏ, ਸਬਕ ਯਾਦ, ਸ਼ਰੀਫ ਆਦਮੀ ਫਰਿਆਦ ਹੀ ਸਹੀ, ਬਲਾਕ ਬੰਦੇ ਨਵਾ ਕੇ ਸਾਰੇ 2,00,000 ਤੇ 40,000 ਇਹ ਵੇਖੋ ਮਾਸ਼ਾਅੱਲਾ, ਮਾਸ਼ਾਅੱਲਾ ਜੀ ਬਿਹਤਰੀਨ, ਹੋ ਵੇਖੋ ਰਾਜ ਸਾਹਿਬ ਠੀਕ, ਇਹ ਸਾਈਡ ਜਾ ਕੇ ਚੈੱਕ ਕਰੋ, ਦੋਸਤ ਨੂੰ ਪਤਾ ਇਹ ਚੈੱਕ ਕਰ ਲਓ ਮਾਸ਼ਾਅੱਲਾ, ਬਿਹਤਰ ਹੋ ਗਿਆ। ਅੱਗੇ ਬਾਈ ਲਿਆਓ ਜੀ ਨੰਬਰ 6 ਆ ਜੀ, ਤੇ ਉਹ ਡਿੱਗੀ ਆਂਦੇ ਹੁੰਦੇ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ, ਕਿਹੜੀ ਜੇ?
ਫਰਾਜ਼ ਸਾਹਿਬ ਆਇਆ ਟੋਰੋ ਜੀ ਜਰਾ ਜੀਵ ਲਾਲ ਸਾਹਿਬ ਕਿਨਵਾ ਸੁਆਜ ਜੀ ਬਾਹਰ ਬੱਜੀ ਨੇ ਫਰਾਜ਼ ਸਾਹਿਬ ਬੈਬੀ ਮਾਸ਼ਾਅੱਲਾ ਦੂਸਰਾ ਸੁਆਜ ਦਾ ਕੋਈ ਕੱਚੀ ਜਿਹਾ ਲੈ ਲਿਆ ਕਿ ਖਿਲਾਣੀ ਸੁਆ ਦੂਸਰਾ ਵੇ ਦਿਨ ਕਿੰਨੇ ਖਿਲਾਰੀ ਹੈ ਯਾਰ 8 ਕਿ ਲੈਂਦੀ ਹੋਈ ਮਾਸ਼ਾਅੱਲਾ ਬੜੀ ਨਵਾਬ ਚੀਜ਼ 8 ਕਿ ਦਿਨ ਤਕਰੀਬਨ ਲੰਦੀ ਭਾਈ ਦਾ ਚਿਹਰਾ ਵੀ ਸਾਹਮਣੇ ਕਰੇ ਜੀ ਲਾਜ਼ਾ ਚਿਹਰਾ ਵੀ ਦੋਸਤੋ ਵੇਖ ਲੈਣਾ ਰਵੇਲ ਕਾਪੀ ਹੈ ਫੋਟੋ ਜੀ ਸਾਹਮਣੇ ਤੇ ਸੁਆ ਦੂਸਰਾ ਸੁਣਾ ਭਾਈ ਖਿਲਾਰੀ ਉੱਥੇ ਜਰਾ ਲਿਬਾਸ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਆ ਮਾਸ਼ਾਅੱਲਾ ਜੀ ਥਾਨ ਵੀ ਸੋਹਣੇ ਦੋਰੇ ਲੱਗੇ ਨੇ ਜੀ ਹਲਕਾ ਜਿਹਾ ਲਵਾਣਾ ਚੱਕ ਰਹੀਆਂ ਬਸ ਮਸ਼ਹੂਰੀ ਐ ਮਾਸ਼ਾਅੱਲਾ ਜੀ ਵਾਹ ਵਾਹ ਥੱਲੇ ਬੜੀ ਜਗ੍ਹਾ ਬੈਠੀ ਕੋਈ ਚੰਗੀ ਚੰਗਾ ਤੇ ਥਾਨ ਵੀ ਚੰਗਾ ਮਾਸ਼ਾਅੱਲਾ ਜੀ ਠੀਕ ਹੈ ਜਗ੍ਹਾ ਹਾਲੇ ਕੱਚੀ ਹੈ ਹਾਂਜੀ ਹਾਂਜੀ ਕੀ ਰੇਟ ਹੈ ਜੇ ਰੇਟ ਕੱਚੇ ਲਾ ਹੜੋ ਇੱਥੇ ਭਰਾ ਦਾ 6-7 ਦਿਨ ਲਈ ਜੀ ਭਰਾ ਸਾਹਿਬ ਵੈੜੀ ਹਾਲੇ ਕੱਚੀ ਹੈ ਤੇ ਕੱਚਾ ਹੀ ਰੇਟ ਲਾਣਾ ਤਿਆਰ ਹੋਈ 3.5 ਲੱਖ ਦੀ ਵੀ ਕੋਈ ਭਰਾ ਨਹੀਂ ਦਿੰਦਾ ਕੱਚੀ ਹੈ ਤੇ ਕੱਚੀ ਦਾ ਰੇਟ ਲਾਣਾ 2,35,000 2,35,000 ਜੀ ਮੈਂ ਤੇਰੋ ਗੱਲ ਮਾਸ਼ਾਅੱਲਾ ਜੀ ਨੰਬਰ ਮੇਰੇ ਤੇ ਚੈੱਕ ਕਰੋ ਇਹ ਕੀਮਤ 2.35 ਪੰਜ ਲਾ ਦੋ ਤਰੀ ਹੋ ਗਿਆ ਬਿਹਤਰੀਨ ਹੋ ਗਿਆ ਕਿਸੇ ਨੇ ਪੁੱਤਰ 6-7 ਦਿਨ ਪੱਠੇ ਪਾਣੇ ਨੇ ਭਈਆ ਪੰਜ ਦਾ ਲਾ ਨਾ ਦੇ ਦਾ ਦੋ ਤਰੀ ਹੋ ਗਿਆ ਮਾਸ਼ਾਅੱਲਾ ਜਿਹੜਾ ਵੀ ਦੋਸਤਾਂ ਚੱਕ ਠੀਕ ਲੇਕਿਨ ਮਾਸ਼ਾਅੱਲਾ ਉਹ ਅੰਦਰ ਵੀ ਗਾਵਾਂ ਲੇਕਿਨ ਜਿਹੜੀਆਂ ਗਾਵਾਂ ਪੂਰੀਆਂ ਚਾੜਾ ਵੀਡੀਓ ਤੇ ਵੀਡੀਓ ਲੰਮੀ ਹੈ ਗਰਮੀ ਇਹਨਾਂ ਨਾਲੇ ਫਿਰ ਹਾਂਜੀ ਹਾਂਜੀ ਪੂਰੀ ਵੀਡੀਓ ਹੈ ਜਰਾ ਤੁਹਾਨੂੰ ਵੀ ਸਕੂਨ ਦਿਹਾਨੂੰ ਵੀ ਰਾਜ ਸਾਹਿਬ ਹੁਣ ਆਏ ਜੀ ਇੱਧਰ ਇੱਧਰ ਤੇ ਘਰ ਤੇਰਾ ਹੁਣ ਮੋਬਾਈਲ 'ਚ ਪਤਾ ਹੀ ਲੱਗਦਾ ਕਿੱਧਰ ਇੱਧਰ ਹੋਰ ਵੇਖੀ ਤਰ੍ਹਾਂ ਸਵਾਲ ਪੂਰਾ ਹੁਸਨ ਵਾਲਾ ਜਾਨਵਰ ਹੈ ਖੂਬਸੂਰਤੀ ਦੋਸਤਾਂ ਵੇਖਣੀ ਹੈ ਕਿੰਨੇ ਦੰਦ ਹੈ ਜੀ ਬਿਲਾਲ ਸਾਹਿਬ ਦੋਂਦਾ ਬਾਈ ਖਿਲਾ ਰਹੇ ਉੱਥੇ ਮਾਸ਼ਾਅੱਲਾ ਜੀ ਪ੍ਰਿੰਟ ਦੀ ਸ਼ਾਈਨਿੰਗ ਚਮਕ ਦੋਸਤਾਂ ਵੇਖ ਲੈਣੀ ਹੈ ਦੋ ਦੰਦ ਚਿਹਰਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਹਾਂ ਪਿਛਲੀ ਦਫਾ ਮੈਂ ਇੱਕ ਬੱਚਾ ਚੌਗਾ ਲਿਆਂਦਾ ਸੀ ਉਹ ਐਂਡ ਤੱਕ ਖਲੋਤਾ ਰਿਹਾ ਸੀ ਜਿਹੜਾ ਆਂਦਾ ਚੌਗਾ ਏ ਦੋਂਦੇ ਹੋਣਗੇ ਨਾ ਕੋਈ ਖੀਰਾ ਹੋਏਗਾ ਨਾ ਚੌਗਾ ਹੈਗਾ ਦੋਂਦਾ ਬਗੈਰ ਪੁੱਛੋ ਤੋਂ ਲੈਣਾ ਦੋਂਦਾ ਤੇ ਕੂੜਾ ਦੋਂਦਾ ਜੀ ਬਿਹਤਰ ਹੋ ਗਿਆ ਯਾਨੀ ਕਿ ਬੱਚੇ ਦਾ ਬੱਚਾ ਤੇ ਦੂਸਰਾ ਬੱਕਰੇ ਦਾ ਬੱਕਰਾ ਨਾਲੇ ਮੇਰਾ ਭਰਾ ਸਾਹਿਬ ਕੁਰਬਾਨੀ ਹੁੰਦੀ ਹੁਸਨ ਦੀ ਜੀ ਜੀ ਖੂਬਸੂਰਤੀ ਦੀ ਬਿਲਕੁਲ ਜੀ ਮੇਰਾ ਭਰਾ ਇਹ ਕਹਿਣਗੇ ਕਿ ਬੱਚੇ ਕੱਢ ਕੇ ਕਿੱਥੋਂ ਲਿਆਉਂਦਾ ਐਡੇ ਸੋਹਣੇ ਚਾਰੇ ਹੀ ਵਿਖਾਵਾਂਗਾ ਦੂਜੇ ਵੀ ਕੈਮਰਾ ਮਰਵਾਵਾਂਗਾ ਅੱਜ ਰਾਜ ਰਾਜ ਕੇ ਮੂਰਤਾਂ ਮਾਸ਼ਾਅੱਲਾ ਜੀ ਬਾਈ ਹਲਕਾ ਜਿਹਾ ਢੋਰੇ ਜੀ ਇਹ ਦੋ ਦੰਦੇ ਨੰਬਰ ਇੱਕ 'ਚ ਚੈੱਕ ਕਰਵਾਉਂਦੇ ਆਪਾਂ ਮਾਸ਼ਾਅੱਲਾ ਜੀ ਖੂਬਸੂਰਤੀ ਦੋਸਤਾਂ ਵੇਖ ਲੈਣੀ ਹੈ ਪੁੱਠਾ ਵੀ ਚੈੱਕ ਕਰਵਾ ਦਿੰਦੇ ਆ ਨਸਲ ਕੀ ਜੀ ਬਲਾਲ ਸਾਹਿਬ ਦੀ ਰਾਜ ਸਾਹਿਬ ਦੇਸੀ ਨਾਲ ਦੇ ਭੱਲੇ ਨੇ ਨਸਲ ਦੇਸੀ ਲਓ ਜੀ ਦੇਸੀ ਪੂਰਾ ਘਰ ਡੱਬ ਦੂਜਾ ਵਾ ਸ਼ਾਈਨਿੰਗ ਚਮਕ ਵੀ ਦੋਸਤਾਂ ਵੇਖਣੀ ਹੈ ਰਾਜ ਸਾਹਿਬ ਇਹ ਡੱਬ ਵੇਖਿਆ ਕਾਲਾ ਦੇ ਵਿੱਚ ਐ ਵੀ ਚਿੱਟਾ ਜੀ ਜੀ ਇੱਧਰ ਵੇਖੋ ਤੂੰ ਆ ਇੱਕੋ ਜੀ ਆ ਮਾਸ਼ਾਅੱਲਾ ਜੀ ਦੂਸਰੀ ਸਾਈਡ ਤੇ ਵੀ ਆ ਇੱਕ ਹੋਰ ਐਡਾ ਬੱਚਾ ਤੂੰ ਪੁੱਤਰ ਕੀ ਲੈਣਾ ਉਰਾ ਮੇਰੇ ਅੱਛਾ ਫੜ ਪੁੱਤਰ ਉਰਾ ਕਿੱਥੋਂ ਆ ਤੁਰ ਕੇ ਤੁਰ ਕੇ ਦੋ ਦੰਦ ਦੇਸੀ ਬੱਚਾ ਵੇ ਇਹ ਛੋਟਾ ਮੁੰਡਾ ਚਲਾ ਫਰਾ ਕੇ ਚੈੱਕ ਕਰਵਾਉਂਦਾ ਪਿਆ ਯਾਨੀ ਕਿ ਹੈ ਵੀ ਸਾਊ ਜੀਵ ਲਾਲ ਸਾਹਿਬ ਕੀ ਰੇਟ ਹੈ ਜੀ ਬੱਚੇ ਨੰਬਰ 1 ਦਾ ਸੋਨਾ ਦਾ ਰੇਟ ਚੈੱਕ ਕਰਕੇ ਲਾਣੇ ਨਹੀਂ ਸਾਰੇ ਸਾਹਿਬ ਲੈ ਕੇ ਸਭ ਲਿਆਓ ਜੀ ਫੜ ਲਓ ਮੁੰਡੇ ਇੱਕ ਮਿੰਟ ਫਰਾਜ਼ ਸਾਹਿਬ ਉਹ ਮੇਰੇ ਪੁੱਤਰਾ ਮੈਂ ਈਦ ਤੱਕ ਲੈ ਕੇ ਬੈਠਾ ਨਾ ਰਾਂ ਗਾਈਆਂ ਮੈਂ ਤੇਰੀਆਂ ਬੱਚਿਆਂ ਦਾ ਇੰਜ ਮੁੱਲ ਕਰਦੇ ਕਿ ਇੱਕ ਸੁਨਤ ਹੈ ਰੇਟ ਜਿਆਦਾ ਹੈ ਫਰਾਜ਼ ਸਾਹਿਬ ਪਿਛਲੀ ਵਾਰੀ ਵੀ ਜਿਹੜੇ ਦੋ ਬੱਚੇ ਲਾਏ ਨੇ ਖਾਨਗਾ ਟੋਕਰਾ ਗਏ ਹਨ ਚਾਚੂ ਹੋਰੀ ਬਾਹਰ ਹੁੰਦੇ ਨੇ ਕਿਸੇ ਕਿਸਮ ਦਾ ਕੋਈ ਦਾਗ
ਦੱਬ ਖਰਾਸ਼ ਨਹੀਂ ਹੋਏਗੀ ਭਰਾ ਘਰ ਕਲੀਅਰ ਹੈ ਸਾਫ ਬੱਚਾ ਦਾ ਭਰਾ ਸਾਹਿਬ ਪੂਰੇ 3 ਲੱਖ ਰੁਪਈਏ ਦਾ ਪਰ ਆਹ ਵੇਚਣੇ ਨੇ ਜਿੱਥੇ 100 ਵੇਚਣਾ ਅਸੀਂ 200 ਵੇਚ ਲੈਣਾ ਕਮਾਈ ਹੋਣੀ ਹੋਈ ਨਹੀਂ ਮਤਲਬ 2 ਲੱਖ ਅਤੇ 10 ਹਜ਼ਾਰ 2 ਲੱਖ ਅਤੇ 10 ਹਜ਼ਾਰ ਯਕੀਨ ਕਰੋ ਸਾਡੇ 3-3 ਅਤੇ 3 ਤੋਂ ਥੱਲੇ ਵੱਛਾ ਨਹੀਂ ਜੇ ਲੱਭਦਾ ਕੋਈ ਜ਼ਿੰਦਾਬਾਦ ਬਿਹਤਰੀ ਹੋ ਗਿਆ ਮਾਸ਼ਾਅੱਲਾ ਔਰਤਾਂ ਵੀ ਪਤਾ ਕਰਕੇ ਵੇਖ ਲੈਣ 3 ਤੋਂ ਤਾਂ ਨੂੰ ਸਟਾਰਟ ਹੁੰਦਾ ਲੇਕਿਨ ਇਸ ਬੰਦੇ ਨੇ ਵਾਅਦਾ ਕੀਤਾ ਇਹ ਆਪ ਵੀ ਗਰੀਬ ਹੈ ਅਤੇ ਗਰੀਬਾਂ ਦਾ ਯਾਰ ਅਤੇ ਦੋਸਤ ਹੈ ਠੀਕ ਹੋ ਭਰਾ ਸਾਹਿਬ ਜੀ ਬਿਹਤਰੀਨ ਹੋ ਗਿਆ ਮਾਸ਼ਾਅੱਲਾ ਵੱਛਿਆ ਮੇਰੇ ਦਾ ਮੁੱਲ ਸੁਣ ਕੇ ਮੇਰੇ ਵੀਰ ਹੈਰਾਨ ਹੋ ਗਏ ਇਹ ਬੰਦ ਹੋ ਗਿਆ ਅੱਗੇ ਬਾਈ ਲਿਆਓ ਜੀ ਨੰਬਰ 2 ਵਾਲਾ ਅੱਗੇ ਆ ਗਿਆ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਿਆ ਪੂਰਾ ਮਾਸ਼ਾਅੱਲਾ ਜੀ ਗੋਲਡ ਮਟੋਲ ਹੈ ਜਿਸਮਤ ਵੇਖਣੀ ਹੈ ਇਹ ਵੀ ਸਿਹਤਮੰਦ ਹੈ ਮਾਸ਼ਾਅੱਲਾ ਜੀ ਜਿਸਮ ਵੇਖਣਾ ਕੁੰਜੀਆ ਟਾਈਟ ਜਿਸਮ ਹੈ ਇਹ ਵੀ 2 ਦੰਦ ਦੇ ਪੁੱਠਾ ਵੀ ਦੋਸਤਾਂ ਜਾ ਟੋਰ ਕੇ ਲਿਆ ਭਾਈ ਜਾਨ ਪੁੱਠਾ ਵੀ ਦੋਸਤਾਂ ਹੁਣ ਫਿਰ ਟੋਰ ਕੇ ਲਿਆ ਉਹਨਾਂ ਮਾਸ਼ਾਅੱਲਾ ਲਿਆਓ ਜੀ ਸੁਬੇਦਾਰ ਸਾਹਿਬ ਸਾਹੀਵਾਲ ਦੇ ਦੇਸੀ ਮੈਂ ਨਾ ਦੇਸੀ ਬਰਾਤ ਦਾ ਲਾ ਰਿਹਾ ਮਾਸ਼ਾਅੱਲਾ ਗੋਲ ਕਿੰਨਾ ਫਰਾਕ ਆ ਚੈੱਕ ਕਰੋ ਪੂਰਾ ਗੋਲ ਮਟੋਲ ਹੈ ਜੀ ਜਿਸਮਤ ਪਿਆਰੀ ਹੈ ਚਿਹਰਾ ਵੀ ਦੋਸਤਾਂ ਵੇਖ ਲੈਣਾ ਵੇ ਅਭੀ ਸਾਹੂ ਵੇ ਝਾਲਰ ਵੀ ਚੈੱਕ ਕਰਵਾਉਂਦੇ ਹਾਂ ਬੰਨ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ ਅਤੇ ਪੁੱਠਾ ਵੀ ਚੈੱਕ ਕਰਨਾ ਕੰਡ ਵੀ ਦੋਸਤਾਂ ਵੇਖਣੀ ਹੈ ਰਾਜ ਸਾਹਿਬ ਗੋਲ ਕਿੰਨਾ ਮਾਸ਼ਾਅੱਲਾ ਪੂਰਾ ਗੋਲ ਮਟੋਲ ਮਾਸ਼ਾਅੱਲਾ ਜੀ ਭਾਈ ਇੱਥੇ ਖਿਲਾ ਰਹੇ ਹੋ ਜੀ ਬਲਾਲ ਸਾਹਿਬ ਕੀ ਰੇਟ ਹੈ ਜੀ ਬੱਚੇ ਨੰਬਰ 2 ਸਾਹਿਬ ਅੱਛਾ ਧੁੰਦਾ ਹੈਗਾ ਕੋਈ ਚੌਗਾ ਛਿੱਗਾ ਨਹੀਂ ਬਿਹਤਰ ਹੋ ਗਿਆ ਮਾਸ਼ਾਅੱਲਾ ਕੂਲਾ ਕੀ ਰੇਟ ਬਲਾਲ ਸਾਹਿਬ ਰਾਜ ਸਾਹਿਬ ਯਕੀਨ ਕਰੋ ਮੁਜ਼ਫਰਾਬਾਦ ਦੇ ਬੱਚੇ ਨੂੰ ਮੈਂ ਤਾਂ ਵਿਖਾਣਾ ਪਿਆ ਕਿ ਜਿਹਨੇ ਮਹੀਨਾ ਪਹਿਲੇ ਉਹਨਾਂ ਦੇ ਬੱਚਿਆਂ ਨੇ ਚਾਹ ਚੂ ਕਰੇ ਨਾ ਆਹ ਛੋਟੇ ਫੇਟ ਤੋੜ ਕੇ ਤੇ 1-1 ਲੱਖ ਈਦ ਤੱਕ ਵੱਛੇ ਵਧਣਗੇ ਮੇਰੇ ਸੋਹਣੇ ਮਾਲ ਦੇ ਫੜਾ ਪੁੱਤਰਾ ਤੋੜ ਕੇ ਵਿਖਾ ਦਰਾ ਆ ਚੈੱਕ ਕਰੋ ਮਾਸ਼ਾਅੱਲਾ ਜੀ ਕੀ ਬਾਤ ਹੈ ਵਨ ਹੋ ਗਿਆ ਰਾਜ ਸਾਹਿਬ ਇੱਕ ਨਾ ਉਹਨਾਂ ਦੇ ਬੱਚਿਆਂ ਟੋਰਨੇ ਪਏ ਨੇ ਯਾ ਅਸ਼ਨਾ ਤੇ ਟੋਰ ਕੇ ਫੇਰ ਯਾ ਪੁੱਤਰ ਰਣ ਲੈ ਲੈ ਠੀਕ ਮਾਸ਼ਾਅੱਲਾ ਜੀ ਕੀ ਰੇਟ ਬਲਾਲ ਸਾਹਿਬ ਦਾ ਰਾਜ ਸਾਹਿਬ ਚਾਚੀ ਹੋਰੀ ਮੁਜ਼ਫਰਾਬਾਦ ਹੋਏ ਨੇ ਪਿਛਲੀ ਵਾਰ ਅੱਛਾ ਉਹਨਾਂ ਕਹਿੰਦਾ ਬੱਕਰਾ ਲੈਣਾ ਬੱਕਰਾ ਪਤਾ ਕਿਹਾ 2-2 ਲੱਖ ਰੁਪਇਆ ਮੰਗਦੇ ਨੇ ਬੱਕਰੇ ਦਾ ਠੀਕ ਹੈ ਤੇ ਬੱਕਰਿਆਂ ਦੇ ਮੁੱਲ ਦਿਆਂ ਦੇਣੇ ਨੇ ਕੀ ਰੇਟ ਹੈ 15 ਹਜ਼ਾਰ 2 ਲੱਖ ਤੇ 15 ਹਜ਼ਾਰ 15 ਹਜ਼ਾਰ ਬਿਹਤਰ ਹੋ ਗਿਆ ਮਾਸ਼ਾਅੱਲਾ ਆਹ ਚੈੱਕ ਕਰੋ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਗੰਡ ਵੀ ਚੈੱਕ ਕਰਨੀ ਮਾਸ਼ਾਅੱਲਾ ਜੀ ਕੰਨ ਸੋਹਣੀ ਤੇ ਚੱਫਾ ਇਹਨੂੰ ਮਾਰਾ ਕੋਹਨੂੰ ਮਾਰਾ ਕਿ ਚੱਫਾ ਇੱਕ ਨੂੰ ਮਾਰਨਾ ਤਕੇਵਾਂ ਬਿਹਤਰੀਨ ਹੋ ਗਿਆ ਮਾਸ਼ਾਅੱਲਾ ਜੀ 2-15 ਸਾਹੂ ਬੇ ਵੇਖੋ ਆ ਬਿਲਕੁਲ ਜੀ ਹੁੰਦਾ ਨਾ ਹੱਥ ਮਾਰਿਆ ਆ ਛੋਟੇ ਬੱਚੇ ਫੜਿਆ ਵੇ ਰਾਜ ਸਾਹਿਬ ਕੋਈ ਭਰਾ ਵੇਚਣ ਵਾਲਾ ਵੀ ਲੇਗਾ ਤੇ ਰੋਜ਼ੀ ਅੱਲਾ ਦੇ ਘੁੰਮਣਾ ਹੋਏਗੀ ਇੱਕ ਵੇਖਿਓ ਇਹ ਡੱਬ ਵੇਖਿਆ ਜੀ 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 ਕਿਸ ਤਰ੍ਹਾਂ ਦਾ ਬਿਲਕੁਲ ਸੇਮ ਟੂ ਇਹ ਡੱਬ ਵੇਖੋ ਆ ਮਾਸ਼ਾਅੱਲਾ ਬਿਹਤਰੀਨ ਹੋ ਗਿਆ ਜੀ ਜੀ ਇਹ ਤਕੇਵਾਂ ਮਾਸ਼ਾਅੱਲਾ ਮਾਸ਼ਾਅੱਲਾ ਜੀ ਇਹਦਾ ਸਵਾਦ ਵੀ ਜੀ ਸੇਬ ਸਾਹਿਬ ਮਾਸ਼ਾਅੱਲਾ ਕਹੋ ਮਾਸ਼ਾਅੱਲਾ ਇਹਨੂੰ ਰਾਜ ਸਾਹਿਬ ਸਵਾਦ ਵੀ ਜੀ ਮਾਸ਼ਾਅੱਲਾ ਦੋ ਕੰਮ 2 ਰੁਪਏ ਅੱਲਾ ਤਾਲਾ ਨੇ ਸਾਨੂੰ ਸਾਡੀ ਉਹਨੇ ਕਿਹਾ ਮਿਹਨਤ ਦਾ ਫਲ ਉਸ ਮੇਰੇ ਮਾਲਕ ਨੇ ਬੇਸ਼ੱਕ ਮਿਹਨਤ ਦਾ ਫਲ ਮੈਂ ਦੇਣਾ ਸਾਨੂੰ ਇਹ ਮਤਲਬ ਕਿ ਮਿਹਨਤ ਕਰਦੇ ਰਹਿੰਦੇ ਕਰਦੇ ਅੱਲਾ ਤਾਲਾ ਉਹਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਦੇ ਜਿਹੜੇ ਬੱਚੇ ਪੜ੍ਹਦੇ ਨੇ ਉਹ ਨੰਬਰਾਂ 'ਚ ਹੁੰਦੇ ਨੇ ਜਿਹੜੇ ਸੁੱਤੇ ਰਹਿੰਦੇ ਨੇ ਉਹਨਾਂ ਨੂੰ ਅੱਲਾ ਉਹਨਾਂ ਨੂੰ ਸੌਣ ਦੀ ਮਿਹਨਤ ਦਾ ਫਲ ਦਿੱਤਾ ਕਿਲਾ ਤੂੰ ਸੁੱਤਾ ਰਿਹਾ ਅਤੇ ਅੱਲਾ 0-0-0 ਅਗਲੇ ਸਾਲ ਫਿਰ ਅਗਲੀ ਕਲਾਸ ਕਰੀ ਅਤੇ ਜਿਹੜੇ ਰਾਤੀ 10 ਵਜੇ ਉੱਠ ਪੈਂਦੇ ਰਾਤ ਪੜ੍ਹਦੇ ਰਹਿੰਦੇ ਨੇ ਉਹਨਾਂ 100 ਪਟਾ 100 ਰਾਜ ਸਾਹਿਬ ਇਹਦੇ ਬੰਨ ਵੇਖੋ ਨਾ ਤਾਂ ਸੋਹਣਾ ਬਲਾਲ ਸਾਹਿਬ ਪੂਰਾ ਕਰਿਓ ਆਉਂਦਾ ਉੱਤੇ ਬਹਿਣਾ ਓਕੇ ਬੁੱਢਾ ਬੜਾ ਸੀਲ ਨੇ ਹੈਲਮੈਟ ਕਿਹਦੀ ਗੱਲ ਸੁਣੋ ਬੁੱਢਾ ਬੜਾ ਰਾਜ ਸਾਹਿਬ ਇੱਧਰ ਲਿਆਓ ਅਜਾ ਟੋਰ ਕੇ ਵਿਖਾਣਾ ਹੈ ਚੈੱਕ ਕਰੋ ਮਾਸ਼ਾਅੱਲਾ ਕੀ ਬਾਤ ਹੈ ਕਿਹੜੀ ਕੇ ਹੈਲਮੈਟ ਫਰਾਜ਼ ਸਾਹਿਬ ਹੈਲਮੈਟ ਵੀ ਪਾਉਣਾ ਮੁੰਡੇ ਹੈਲਮੈਟ ਲਿਆ 1000 ਰੁਪਏ ਅੱਗੇ ਬਾਈ ਲਿਆਓ ਜੀ ਨੰਬਰ 3 ਵਾਲਾ ਤਸਵੀਰ ਬਣਾ ਜ਼ਿੰਦਗੀ ਜ਼ਿੰਦਾ ਦਿਲ ਦੇ ਨਾਂ ਤੇ
ਜੀਵ ਲਾਲ ਸਾਹਿਬ ਦੋਦਾਂ ਦੇ ਵੀ ਮਾਸ਼ਾਅੱਲਾ ਜੀ ਸਾਹਿਬ ਦੋਦਾਂ ਹੈਗਾ ਲਾ ਦੇ ਕੰਮ ਓਏ ਦੋਸਤੋ ਤੀਸਰਾ ਬੱਚਾ ਚੈੱਕ ਕਰਵਾਉਂਦੇ ਆ ਤੇ ਇਹ ਵੀ ਹੋਸਟਲ ਦੇ ਵੇਖਣ ਦੇਖੋ ਬੰਦਾ ਤੇ ਬੱਚਾ ਕੋਈ ਮਾਰਦਾ ਕੋਈ ਤੇਰਾ ਲਾਦਾ ਹੋਵੇ ਠੀਕ ਲਿਆਓ ਜੀ ਚੈੱਕ ਕਰਵਾਓ ਜੀ ਸਾਹਿਬ ਦੋਦਾਂ ਮਾਸ਼ਾਅੱਲਾ ਠੀਕ ਬਿਹਤਰ ਹੋ ਗਿਆ ਮਾਸ਼ਾਅੱਲਾ ਇਹ ਵੀ ਸੌ ਵੇਖੋ ਕਿੰਨਾ ਇਹਦੇ ਤੇ ਬਿਠਾ ਕੇ ਚੈੱਕ ਕਰਵਾਈ ਜੀ ਪਠਾਣ ਸਾਰੇ ਤੇ ਬਿਠਾ ਕੇ ਚੈੱਕ ਕਰਵਾ ਲੈ ਮਾਸ਼ਾਅੱਲਾ ਜੀ ਖੂਬਸੂਰਤੀ ਵੇਖੋ ਖੂਬਸੂਰਤੀ ਆ ਜੀ ਵਾਈਟ ਬਿਊਟੀ ਦੇ ਵਿੱਚ ਹਲਕੇ ਜਿਹੇ ਡੱਬ ਨੇ ਕਾਲੇ ਦੋ ਦਾਂ ਦੇ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਦੇਸੀ ਬੱਚਾ ਕੀ ਰੇਟ ਹੈ ਜੀ ਬਲਾਲ ਸਾਹਿਬ ਬੱਚੇ ਨੰਬਰ 3 ਦਾ ਟੋਰ ਤੇ ਵਿਖਾਣ ਰੇਟ ਵੀ ਕਹਿੰਦਾ ਟੋਰ ਤੇ ਵਿਖਾਓ ਲਓ ਜੀ ਦੋਸਤੋ ਟੋਰ ਵੀ ਚੈੱਕ ਕਰੋ ਮਾਸ਼ਾਅੱਲਾ ਲਿਆਓ ਜ਼ਰਾ ਪਰਤਾ ਕੇ ਫਿਰ ਥੋੜ੍ਹਾ ਹੁਸਨ ਵਾਲਾ ਮਾਸ਼ਾਅੱਲਾ ਜੀ ਇਹ ਆ ਵੀ ਧੋਂਦਾ ਵੇ ਬਿਹਤਰੀਨ ਹੋ ਗਿਆ ਜੀ ਬਲਾਲ ਸਾਹਿਬ ਨਾ ਕਰਕੇ ਚਾਚੇ ਨੇ ਜਿਹੜੇ ਸਾਹਮਣੇ ਬੰਨ ਕੇ ਲਾ ਚੱਲ ਭਾਈ ਬੰਨ ਆ ਤਿੰਨ ਜ਼ਿੰਮੇਦਾਰੀ ਹੁਣ ਬੰਨਣ ਦੇ ਸਾਹਿਬ ਬੰਨ ਵੇਖੋ ਨਾ ਪੁੱਤ ਡਰਨਾ ਡਰਨਾ ਦੇ ਵਿੱਚ ਜੀ ਬਲਾਲ ਸਾਹਿਬ ਰਾਜ ਸਾਹਿਬ ਉਧਰ ਵੇਖਿਓ ਵੇਖੋ ਮਾਸ਼ਾਅੱਲਾ ਦਾ ਬੰਦਾ ਪਿਆ ਕੋਈ ਹੁੰਦਾ ਨਾ ਕਿਸੇ ਆ ਥੋੜਾ ਕਰ ਸਰ ਬੰਨ ਅਬੇ ਉਹ ਜਾ ਰਹੇ ਨੇ ਕਿਹੜੇ ਕਿਹੜੇ ਬੰਨੇ ਨੇ ਨਵਾਂ ਭਰਤੀ ਹੋਇਆ ਫਰਾਜ਼ ਸਾਹਿਬ ਭਰਤੀ ਰਾਜ ਨੇ ਕਰ ਲਿਆ ਕਈ 10-10 ਵਾਰੀ ਇੰਟਰਵਿਊ ਦੇਣ ਤੇ ਭਰਤੀ ਨਹੀਂ ਹੁੰਦੇ ਤੇ ਕਈ ਰਾਜ ਜਾਂਦੇ ਭਰਤੀ ਹੋਈ ਜਾਂਦੇ ਨੇ ਦੇਖੋ ਬੈਗ ਬੰਦਾ ਬਾ ਕੋਈ ਹੱਥ ਫਰਾਜ਼ ਸਾਹਿਬ ਵੇਖੋ ਮਾਸ਼ਾਅੱਲਾ ਸਾਹੂ ਤੁਸੀਂ ਇੱਕ ਕੰਮ ਕਰੋ ਹਾਂ ਸੂਬੇਦਾਰ ਸਾਹਿਬ ਜਿੰਨੀ ਦੇਰ ਵੱਡੀ ਦੇ ਉਨੀ ਦੇਰ ਮੁੰਡੇ ਨੂੰ ਭਰਤੀ ਰੱਖੋ ਹੁਣ ਆਈਆਂ ਭਰਤੀ ਕੀ ਹੈ ਫਿਰ ਨਾਂ ਕੀ ਆ ਹੈ ਕਿਹੜਾ ਪਿੰਡ ਹੈ ਖਾਨਾ ਜੀ ਦਾ ਜੀ ਭਰਤੀ ਹੋਣੀ ਹੀ ਤੱਕ ਸਕੂਲੇ ਪੜ੍ਹਨਾ ਇਹਨੂੰ ਪੜ੍ਹਨ ਦੀ ਰੁਚੀ ਇਹਨਾਂ ਦੋ ਲਿਆ ਤਾਂ ਟਾਈਮ ਮੰਨ ਲੈ ਕਿਸੇ ਦੀ ਬੱਚੇ ਨੂੰ ਕਿਸੇ ਨੇ ਖਰਾਬ ਕੀਤਾ ਨਾ ਉਹਦੇ ਅਗਰ ਬੱਚੇ ਜਵਾਨ ਨੇ ਤਾਂ ਉਹਦੇ ਪੋਤਰੇ ਨੂੰ ਕੋਈ ਖਰਾਬ ਕਰੇ ਇਸ ਪੁੱਤਰ ਨੂੰ ਪੜ੍ਹਨ ਦਿਓ ਫਿਰ ਠੀਕ ਹੈ ਇਹ ਬੱਚਾ ਇੱਕ ਵਿਖਾ ਕੇ ਫਿਰ ਟੁੱਟ ਜੀ ਉਹ ਚੱਕਰ ਨਾਲ ਕੀ ਰੇਟ ਬਲਾਲ ਸਾਹਿਬ ਸਾਹਿਬ ਬੱਚਾ ਮਿਲੇਗਾ 2,10,000 2,10,000 ਜੀ ਬਿਹਤਰ ਹੋ ਗਿਆ ਆਪਣੇ ਭਰਾਵਾਂ ਅੱਗੇ ਬਾਈ ਲਿਆਓ ਜੀ ਨੰਬਰ 4 ਵਾਲਾ ਅੱਗੇ ਆ ਗਿਆ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਿਆ ਟੋਲੇ ਭਾਈ ਜਾਨ ਦੋ ਜੀ ਛੋਟੇ ਨੂੰ ਸੱਲੀ ਕਰਵਾਇਆ ਜ਼ਰਾ ਦੋ ਦਾਂ ਦਾ ਮਾਸ਼ਾਅੱਲਾ ਜੀ ਸਾਮਾ ਦੋਸਤਾਂ ਦੀ ਵੀ ਚੈੱਕ ਕਰਨੀ ਹੈ ਪ੍ਰਿੰਟ ਜ਼ਬਰਦਸਤ ਸਭੀ ਸਿਹਤਮੰਦ ਦੇ ਗੋਲਮਟ ਹੋਲੇ ਮਾਸ਼ਾਅੱਲਾ ਗੋਲਮਟ ਹੋਲ ਜੀ ਬਲਾਲ ਸਾਹਿਬ ਸਿਹਤਮੰਦ ਗੋਲਮਟ ਹੋਲ ਨੇ ਬੱਚਾ ਵੀ ਗੋਲਮਟ ਹੋਲ ਇਹ ਵੀ ਦੋਂਦਾ ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਲਿਆਓ ਬਾਈ ਪਰਤਾ ਕੇ ਇਹ ਵੀ ਸਾਉ ਸਾਹਿਬ ਇਹਦਾ ਡੱਬ ਖਾਣਾ ਡੱਬ ਡੱਬ ਦੋਆਂ ਪਾਸੇ ਜੀ ਪਾਣੀ ਭਰਾ ਸਾਹਿਬ ਹੁੰਦਾ ਖੂਬਸੂਰਤ ਖੂਬਸੂਰਤ ਜੀ ਜਿਹੜਾ ਵੀ ਦੋਸਤਾਂ ਵੇਖ ਲੈਣਾ ਹੈ ਵੀ ਮਾਸ਼ਾਅੱਲਾ ਫਿਰ ਦੋ ਦਾਂ ਦੋਂਦਾ ਦੋ ਦਾਂ ਮਾਸ਼ਾਅੱਲਾ ਪੱਠੇ ਨਾਲ ਲਾ ਨਸ਼ਾ ਨਹੀਂ ਪੁੱਤਾ ਤੈਨੂੰ ਪੂਰਾ ਇਹ ਆਵੇ ਪੱਠੇ ਲਾਏ ਨਾਲ ਪੱਠੇ ਲੱਗੇ ਆ ਦੋਂਦੇ ਠੀਕ ਹੈ ਬਿਹਤਰ ਹੋ ਗਿਆ ਫਰਾਜ਼ ਸਾਹਿਬ ਇੱਕ ਹੋਰ ਗੱਲ ਹੈ ਮੇਰੇ ਸੋਹਣੇ ਮਾਲ ਦੇ ਕਰਮ ਨਾਲ ਨਾ ਫਰਾਜ਼ ਸਾਹਿਬ ਜੀ ਜੀ ਇੱਕ ਹੋਰ ਗੱਲ ਹੈ ਮੈਨੂੰ ਮੇਰੇ ਵੀਰ ਵੀ ਆਉਂਦੇ ਨੇ ਕਿ ਖੂਬਸੂਰਤ ਬੱਚੇ ਕਿੱਥੋਂ ਕੱਢ ਕੱਢ ਕੇ ਲਿਆਉਣਾ ਕੁਰਬਾਨੀ ਦੇ ਗਾਈਆਂ ਭਾਵੇਂ ਜਿੰਦੀਆਂ ਵੀ ਹੈ ਨਾ ਬੱਚੇ ਰਾਜ ਰਾਜ ਕੇ ਸੋਹਣੇ ਸੋਹਣੇ ਬਿਲਕੁਲ ਹਾਂਜੀ ਗੱਲ ਹੈ ਮਾਸ਼ਾਅੱਲਾ ਜੀ ਨੰਬਰ 4 ਤੇ ਚੈੱਕ ਕਰਵਾਉਂਦੇ ਆ ਤੇ ਡੱਬ ਦੋਆਂ ਸਾਈਡਾਂ ਤੇ ਫਿਰ ਮੁੱਲ ਵੀ ਖੈਰ ਓਏ ਫਿਰ ਮੁੱਲ ਵੀ ਸੋਹਣੇ ਹਾਂ ਬਿਲਕੁਲ ਬੱਚੇ ਵੀ ਸੋਹਣੇ ਤਾਂ ਮੁੱਲ ਵੀ ਰੱਖ ਰਹੇ ਕੇ ਸੋਹਣੇ ਇਹ ਆ ਵੀ ਦੇਸੀ ਖੁਰਾਕ ਤੇ ਤਿਆਰ ਹੋਏ ਨੇ ਮਾਸ਼ਾਅੱਲਾ ਜੀ ਕਹਿੰਦੇ ਨਾ ਫਰਾਜ਼ ਭਾਈ ਪਿਆਰ ਪਿਆਰ ਚਾਹਤ ਮੁਹੱਬਤ ਓਏ ਤੇਰੀ ਗੱਲ ਆ ਵੇਖੋ ਸੂਬੇਦਾਰ ਸਾਹਿਬ ਤੁਸੀਂ ਦੱਸੋ ਕਿ ਤੂੰ ਤੁਸੀਂ ਚੁੰਮਦੇ ਇਹ ਇੰਜ ਨਹੀਂ ਫਿਰ ਚੁੰਮ ਕੇ ਦੱਸੀ ਦਾ ਕੀ ਨਸ਼ਾ ਲਿਆ ਕਦ ਨੂੰ ਲਓ ਭਾਈ ਚੱਕਰ ਚਾਚਾ ਵੀ ਨਸ਼ਿਆ ਬੰਦੇ ਵੀ ਨਸ਼ਿਆ ਠੀਕ
ਨੰਬਰ 4 ਦੇ ਚੱਕਰ ਆਨੇ ਆ ਤੇ ਸੋਂਦਾ ਵੇ ਹੈ ਵੀ 100 ਵਜੇ ਕੀ ਰੇਟ ਬਲਾਲ ਸਾਹਿਬ ਬੱਚੇ ਨੰਬਰ 4 ਸਾਹਿਬ ਬੱਚਾ ਦਾਂਗੇ ਭਰਾਵਾਂ ਨੂੰ ਫਾਈਨਲ 2,50,000 ਸਵਾ 2,00,000 2,50,000 ਕੁਰਬਾਨੀ ਦਾ ਕਾਲਾ ਲਿਆ ਕਾਲਾ ਜੀ ਬਿਹਤਰੀਨ ਹੋ ਗਿਆ ਮਾਸ਼ਾਅੱਲਾ ਜੀ ਨੰਬਰ 4 ਤੇ ਚੈੱਕ ਕਰਵਾਇਆ ਕੀਮਤ 2,50,000 ਤੇ 50,000 ਪੁਰਾ ਪੁੱਤਰ ਓਏ ਬਦੇ ਨਾ ਕਹਿ ਦੇ ਕਿ ਸੋ ਰੇ ਸਾਉ ਨਹੀਂ ਇਹਨੂੰ ਫੜ ਫੜ ਕੇ ਲਿਆ ਫੇਰ ਕੇ ਲਿਆ ਤੋਰ ਕੇ ਲਿਆ ਤਰਾ ਲਿਆ ਤੋਰ ਕੇ ਲੈ ਕੋ ਕੱਲਾ ਹੀ ਤਾਂ ਸਾਉ 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 ਮਾਸ਼ਾਅੱਲਾ ਯਾਰ ਪੁੱਤਰ ਲਿਆ ਬੱਕਰੇ ਨੇ ਬੱਕਰੇ ਬਿਹਤਰੀਨ ਹੋ ਗਏ ਆਓ ਜੀ ਪੈਗਾਮ ਦਿਓ ਕੋ ਦੋਸਤਾਂ ਨੂੰ ਜੀ ਪੁਰਾ ਸਾਹਿਬ ਪੈਗਾਮ ਉਧਰ ਹੀ ਆਣ ਬੱਟੇ ਆਓ ਜੀ ਸੁਬੇਦਾਰ ਸਾਹਿਬ ਪੈਗਾਮ ਦਿਓ ਇੱਧਰ ਵੇਖੋ ਲਿਆ ਕੇ ਤੁਹਾਨੂੰ ਕਰਾ ਲੈਂਦੇ ਹੋ ਆਹ ਮਾਸ਼ਾਅੱਲਾ ਜੀ ਹਲਕਾ ਜਾ ਲਿਆ ਕੇ ਸਭ ਤੋੜ ਕੇ ਲਿਆਓ ਜੀ ਕਰ ਲਓ ਜੀ ਤੁਸੀਂ ਬਿਠਾ ਲਓ ਦੇਖੋ ਮਾਸ਼ਾਅੱਲਾ ਭਰਾ ਸਾਹਿਬ ਬਿਹਤਰੀਨ ਹੋ ਗਿਆ ਪੂਰੀ ਬ੍ਰਾਂਡ ਕੀ ਨਾਲ ਬ੍ਰਾਂਡ ਸੂਰ ਸੁਬੇਦਾ ਸਾਹਿਬ ਭਰਾ ਸਾਹਿਬ ਗੋਸ਼ਤ ਤੇ ਖਾਂਦੇ ਨੇ ਗੋਸ਼ਤ ਕੋ ਕਿਲੋ ਦੂਜਾ ਮੇਰੇ ਭਰਾ ਹਾਂ ਪਹਿਲੇ ਵਕਤ ਮੈਂ ਕਿਹਾ ਕਿਸਾਈ ਨਾਲ ਲਿਆਇਓ ਜੇ ਕਿਸਾਵੇ ਰੇਟ ਨਾ ਵੀ ਥੱਲੇ ਹੋਣਗਾ ਮੁੱਲ ਹੁਣ ਵੀ ਮੇਰਾ ਲਾਣ ਇਹਨਾਂ ਚਮਾਂ ਵੱਛਿਆ ਤੇ ਕਿਸਾਈ ਨਾਲ ਲੈ ਕੇ ਆਇਓ ਕਿਸਾਵੇ ਰੇਟ ਲੇਕਿਨ ਈਦ ਦੇ ਲਾਗੇ ਜਾ ਕੇ 10 ਦੇ ਰਹਿੰਦੇ ਹੁਣ 4 ਦੇ ਰਹਿੰਦੇ ਹੁਣ 5 ਦੇ ਉਦੋਂ ਤੱਕ ਸਾਵੇ ਰੇਟ ਤੋਂ ਕੋ 5-10 ਵੱਧ ਹੋਣਾ ਜੀ ਬਿਹਤਰ ਹੋ ਗਿਆ ਉਦੋਂ 5 ਹੁਣ ਮਹੀਨਾ ਪੱਠੇ ਪਾਣੇ ਮੇਰੇ ਭਰਾਵਾਂ ਮੈਨੂੰ ਜਾਇਜ਼ ਲੱਭੇ ਨੇ ਮੈਂ ਵੀ ਅੱਗੇ ਜਾ ਠੀਕ ਹੈ ਇਹ ਬੱਚੇ 3.5-3 ਲੱਖ ਦੇ ਈਦ ਦੇ ਉੱਤੇ ਜਾ ਕੇ ਹੋਣਗੇ ਮਾਸ਼ਾਅੱਲਾ ਤੇ ਰਹਿ ਇੱਕ ਮਹੀਨੇ ਗਿਆ ਇੱਕ ਮਹੀਨੇ ਤੋਂ ਪੱਛੇ ਮਹੀਨਾ ਤਕਰੀਬਨ ਛੋਟੇ ਦਾ ਸਾਈਡ ਤੋਂ ਇਹ ਮਾਸ਼ਾਅੱਲਾ ਜੀ ਕਾਮੂ ਕਰ ਨੰਬਰ ਇੱਕ ਬੰਦਾ ਮਾਂ ਪਿਓ ਦਾ ਦੀਵਾਨਾ ਹੋਏ ਨਾ ਤੇ ਅੱਲਾਹ ਤਾਲਾ ਉਹਨੂੰ ਇਸ ਤਰ੍ਹਾਂ ਹੀ ਹੱਸਦਿਆਂ ਖੇਡਦੇ ਰੱਖਦਾ ਸਾਹਿਬ ਮਾਂ ਪਿਓ ਦਾ ਦੀਵਾਨਾ ਹੋਏ ਨਾ ਤੇ ਅੱਲਾਹ ਤਾਲਾ ਇੰਜ ਹੀ ਹੱਸਦਿਆਂ ਖੇਡਦੇ ਹੀ ਰੱਖਦਾ ਕਾਲੂ ਤੇ ਫਿਰ ਕਹਿਣਾ ਕਿ ਬਲਾਲ ਬਹਿੰਦਾ ਚੱਸ ਫੇਰ ਸੀ ਵੱਡੇ ਤੇ ਬਹਿਦਾ ਨਿੱਕਾ ਬਹਿਦਾ ਅੱਛਾ ਉਹਨੇ ਕਾਲੂ ਨੂੰ ਦੱਸਿਆ ਕਾਲੂ ਮਦਾਰੀ ਨੂੰ ਵੇਖ ਤੂੰ ਨੀ ਬਸਦਾ ਮੈਂ ਵੀ ਉੱਤੇ ਅੱਜ ਵੀਡੀਓ ਵੇਖੇਗਾ ਇੱਕ ਕਮੀ ਵਾ ਹੈਲਮੈਟ ਪਰ ਬੱਚਾ ਹੀ ਸਾਊ ਹੈ ਕੋਈ ਇਤਿਹਾਸ ਕਰਨ ਦੀ ਲੋੜ ਨਹੀਂ ਤੇ ਸੋਹਣੇ ਮਾਲ ਦੇ ਕਰਨਾ ਫਰਾਜ਼ ਸਾਹਿਬ ਉਹ ਮੇਰੇ ਕੋ ਕਿਸੇ ਦੀ ਸ਼ਾਨ ਦੇ ਅਸਲ ਚ ਨਾ ਫਰਾਜ਼ ਸਾਹਿਬ ਵਾਸਤੇ ਖੇਡਦੇ ਬੰਦਾ ਜ਼ਿੰਦਗੀ ਗੁਜ਼ਾਰੇ ਨਾ ਤੇ ਮੇਰਾ ਖਿਆਲ ਇਹ ਆਉਂਦਾ ਕਿ ਜੇ ਬੰਦੇ ਦੀ ਉਮਰ ਹੈ ਨਾ 70 ਸਾਲ ਤੇ 100 ਤੇ 5, 10, 6, 7 ਸਾਲ ਹੋ ਜਾਂਦਾ ਤੇ ਜੇ ਸਿਰ ਦੇ ਉੱਤੇ ਸਵਾਰ ਕਰਕੇ ਰੱਖੇ ਹਰ ਸ਼ਹਿਰ ਮੈਂ ਕਹਿੰਦਾ ਜੀ ਜੀ ਤੇ ਫੇਰ ਕਿੰਨੀ 50 ਸਾਲ ਫੇਰ 70 ਤੱਕ ਪਿੱਛੇ ਲਾ ਲਓ ਥੱਲੇ ਕਰ ਲਓ ਚਾਲੀ ਇੰਨੀ ਜਿੰਨਾ ਮਰਜ਼ੀ ਲੋਡ ਰੱਖੇ ਫਿਰ 40 ਫੇਰ ਵੀ ਨੀ ਰਹਿੰਦੀ ਫੇਰ ਵੀ ਪੈਂਠਾ ਦੇ ਅੱਗੇ ਪਿੱਛੇ ਫੇਰਾ ਲਾ ਹੀ ਜਾਂਦੀ ਹੈ ਤੇ ਭਰਾ ਸਾਹਿਬ ਪੈਂਠਾ ਦੇ ਅੱਗੇ ਪਿੱਛੇ ਫੇਰ ਵੀ ਕੰਮ ਹੋ ਜਾਂਦਾ ਤੇ ਜ਼ਿੰਦਗੀ ਗੁਜ਼ਾਰ ਖੁਸ਼ਬਾਜ ਨਾਗਰੇ ਦਾ ਹੱਸਦਿਆਂ ਖੇਡਦਿਆਂ ਤੇ ਮੇਰਾ ਸੋਹਣਾ ਮਾਲਕ ਇਜ਼ਤਾਂ ਵੀ ਤੇ ਸ਼ਾਨਾ ਵੀ ਤੇ ਜੋ ਮੰਗੋਗੇ ਅੱਜ ਤੇ ਸੋਹਣੇ ਸੋਹਣੇ ਬੱਚੇ ਵੀ ਮੇਰਾ ਸੋਹਣਾ ਮਾ ਤੇ ਮੇਰੇ ਪਰਲਿਆਂ ਦੀ ਕੈਮਰਾ ਮਾਰੋ ਉਹ ਵੀ ਮਾਰ ਦਿੰਦੇ ਤੇ ਮੇਰੇ ਕੋ ਕਿਸੇ ਦੀ ਸ਼ਾਨ ਦੇ ਖਿਲਾਫ਼ ਗਲਤੀ ਹੋਏ ਕਾਲੂ ਤੈਨੂੰ ਕਹਿ ਬੈਠਾ ਇਹਨੂੰ ਬਿਠਾਇਆ ਤੇਰੇ ਕੋ ਤੇਰੀ ਸ਼ਾਨ ਦੇ ਖਿਲਾਫ਼ ਤੇ ਮੈਂ ਭਰਾ
ਕਾਲੂਮਦਾਰੀ ਤੇਰੇ ਕੋਲ ਵੀ ਮਦਦ ਕਰਾਂਗਾ। ਪੀਜ਼ਾ ਤੋਂ ਸੜਕ ਵਾਲੀ ਗੱਲ ਕੀਤੀ ਸੀ, ਉਹ ਲੰਬ ਹੋਇਆ ਸੀ ਮੇਰੇ 'ਤੇ, ਉਹ ਕੁਦਰਤੀ ਬਜੋਤ ਮਿਲਿਆ ਪਟਿਆਲੇ। ਅੱਛਾ ਉਹਨੇ ਆਖਿਆ ਆਉਣ ਦੇ ਵੀਡੀਓ ਮੈਂ ਤੇਰਾ ਕਰਦਾ ਇਲਾਜ, ਮੈਂ ਕਿਹਾ ਉਹ ਮੇਰਾ ਭਰਾ ਮੈਨੂੰ ਮਾਫ਼ੀ ਦੇ, ਸੜਕ ਦਾ ਨਾਂ ਉਹਨੇ ਲਿਆ, ਉਹਨੂੰ ਹੀ ਪੁੱਛੀ ਵੀਡੀਓ ਬਣਾ ਲੈ, ਮੈਂ ਨਹੀਂ ਲਿਆ। ਤੁਸੀਂ ਇੱਕ ਗਾਂ ਸੜਕ 'ਤੇ ਚੈੱਕ ਕਰਵਾਉਂਦੇ ਹੋ, ਤੂੰ ਨਾ ਤੁਹਾ ਲਿਆ, ਉਹ ਮੈਂ ਵੀ ਆਸ਼ਰੇ ਸੜ ਸਕਦੀ ਗੱਲ 'ਤੇ, ਉਹ ਭਰਾ ਪੂਰਾ ਲੰਬ ਹੋਇਆ ਸੀ, ਮੈਂ ਕਿਹਾ ਨਹੀਂ ਤਾਂ ਮੈਨੂੰ ਮਾਫ਼ੀ ਦੇ। ਸਲਾਮਾਂ ਲੱਗਾ ਜੀ, ਮੇਰੇ ਕੋਲ ਕਿਸੇ ਜਾਨ ਦੇ ਖਿਲਾਫ਼ ਗੱਲ ਹੋਈ ਹੋਏ ਅਤੇ ਮੈਂ ਮਾਤਾ ਕਰਾਂ ਸਲਾਮਾਂ ਜੀ। ਸੁਬੇਦਾਰ ਸਾਹਿਬ ਬਹੁਤ ਸ਼ੁਕਰੀਆ, ਬੱਚੇ ਦੋਸਤਾਂ ਨੂੰ ਚਾਰ ਚੈੱਕ ਕਰਵਾਏ ਨੇ, ਇਸ ਤੋਂ ਇਲਾਵਾ ਬੱਚੇ ਹੋਰ ਵੀ ਹੈ ਨੇ ਸਾਹਮਣੇ ਵੀ ਮੌਜੂਦ ਨੇ, ਅਤੇ ਦੂਸਰਾ ਡੇਰਾ ਫਾਰਮ ਹੈ, ਕੁਛ ਬੱਚੇ ਉੱਥੇ ਵੀ ਮੌਜੂਦ ਨੇ। ਇਹ ਚੈੱਕ ਕਰਨਾ ਮਸ਼ਾ ਅੱਲਾਹ, ਵੇਖੋ ਇਹ ਚੈੱਕ ਕਰੋ ਨਾ, ਬੋਲ ਬੋਲਾਂ ਦੇ ਬੱਚੇ ਪੂਰੇ, ਕੋਈ ਬੱਚਾ ਮੇਰੇ ਭਰਾ ਮੈਨੂੰ ਕਹਿਣ ਸੋਹਣਾ ਨਹੀਂ ਹੈ, ਸੋਹਣੇ ਰਾਜ ਤੇ ਪਲਿਆ ਨਹੀਂ, ਗੂੰਦਾ ਤੇਰਾ ਪਲੇ ਨਹੀਂ, ਵੇਖੋ ਇਹ ਚੈੱਕ ਕਰੋ ਮਸ਼ਾ ਅੱਲਾਹ ਜੀ, ਇਹ ਬਲੈਕ ਬਿਊਟੀ ਵੀ ਹੈ ਨੇ, ਪੁੱਠੇ ਇੱਧਰ ਆਇਓ, ਇੱਧਰ ਆਇਓ, ਬਿਹਤਰੀਨ ਹੋ ਗਿਆ ਮਸ਼ਾ ਅੱਲਾਹ, ਇੱਧਰ ਆ ਚਿੱਟਿਆ। ਪਰ ਨਾਲੇ ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਕਾਲਾ ਲੈਣਾ ਸੀ, ਚਿੱਟਾ ਲੈਣਾ ਸੀ, ਡੱਬਾ ਲੈਣਾ ਸੀ, ਹਰ ਕਲਰ 'ਚ ਹਰ ਕਿਸਮ ਦਾ ਬੱਚਾ ਮੇਰੇ ਸੋਹਣੇ ਮਾਸ਼ਾ ਅੱਲਾਹ, ਮਿਹਰਬਾਨੀ, ਸ਼ੁਕਰੀਆ, ਅਸਲਾਮ ਅਲੈਕਮ ਜੀ, ਖੁਦਾ ਹਾਫਿਜ਼।